ਮਤਲਬ ਤੁਸੀਂ ਸਾਰੇ ਸਿਰ ਘਮਾਉਣ ਨੂੰ ਕਹਿ ਰਹੇ ਹੋ? ਹਾਂਜੀ ਓ ਪੰਮੇ ਠੋਕਦੇ ਕਿਤੇ ਬਸ ਇਹਨਾਂ ਦਾ ਸਿਰ ਤਾਂ ਘੁੰਮੇ। ਓ ਕੋਚ ਸਾਹਿਬ ਜੇ ਪੰਮੇ ਨੇ ਗੱਡੀ ਠੋਕ ਦੀ ਤੇ ਪੰਮਾ ਡਰਾਈਵਰ ਕਹਦਾ? ਓ ਪਤੰਦਰ ਐਡੀ ਜਲਦੀ ਆਖਾਂ ਵੀ ਮੰਨ ਲਿਆ, ਛੱਡੋ ਸਮਝੋ ਹਰਿਆਣੇ ਦੀਆਂ ਕਿੱਸੀਆਂ ਕਰਾਤੀਆਂ। ਕੋਚ ਸਾਹਿਬ ਇਹ ਹਰਿਆਣਾ ਪੁਲਸਾ ऐसी गल नहीं जी, हरियाणा भी बहुत सोना नचिया, बड़ा अच्छा स्टैमिना सी, बस सिर्फ दो मिनटों का ही फर्क सी। अच्छा नाच नाच के घीसी करवाई से मारी? नहीं छोरे तू यार, भाई सच में गाना सुतरा नाच रहे तू, दिल खुश हो गया। फिर जाइए जी पिलाओ रहे इसने दो दो पैग। उनाना पींदा पूंदा नहीं, मैं पीता नहीं, पर नाच तो ऐसा रहा था जैसे पता नहीं कितना नशा कर रखा हो। ये दे भंगड़े का नशा जी। भांगड़े का नशा तो बेटे उतर जाया करे। ये नहीं उतरता जी। अच्छा जी, चंगा जी, राम राम, अब के बिछड़े पता नहीं कब मिलेंगे। राम भी तो ना टेस्टी कर रहे थे। ਪੁਲਰ ਸਾਹਿਬ, ਤੁਸੀਂ ਤੇ ਦੋ ਦਿਨ ਬਾਅਦ ਨਹੀਂ ਆਉਣਾ? ਆਰਾਮ ਨਾਲ ਆ ਜਾਂਦੇ, ਮੈਂ ਪਿੱਛੇ ਸਾਂਭਤੇ ਰਿਹਾ ਸੀ ਸਾਰਾ ਕੰਮ। ਉਹ ਤਾਂ ਠੀਕ ਆ, ਆ ਤੁਹਾਨੂੰ ਕਿਤੇ ਨਹੀਂ ਲੱਗ ਰਿਹਾ ਮੈਂ ਕੰਮ ਤੇ ਦਾਰੂ ਪੀ ਰਿਹਾ? ਲੱਗ ਨਹੀਂ ਰਿਹਾ, ਮੈਂ ਦੇਖ ਰਿਹਾ। ਤੇਰਾ ਵਿਕਰਮ ਤਾਂ ਕਹਿੰਦਾ ਸੀ ਮੁੰਡਾ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ, ਤੇ ਤੂੰ ਦਿਨ ਦਿਹਾੜੇ ਇੱਥੇ ਡੱਫਣ ਡਿਆ। ਅਖੇ ਕਰੈਕਟਰ ਬਹੁਤ ਚੰਗਾ ਮੁੰਡੇ ਦਾ, ਦੇਖ ਲਓ ਇਹਨਾਂ ਦਾ ਕਰੈਕਟਰ ਕੀ ਹੋਇਆ। ਮੇਰੇ ਕਰੈਕਟਰ ਨੂੰ ਤੁਹਾਨੂੰ ਤੇ ਮੈਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਇੰਨੀ ਠੰਡ 'ਚ ਮੈਂ ਆਪਣੇ ਪੱਲਿਓਂ ਪੀ ਕੇ ਕੰਮ ਕਰ ਰਿਹਾ, ਨਾਲੇ ਪੀ ਵੀ ਕਿੰਨੀ ਕੁ ਲਈ ਨਿੱਕੀ ਜਿਹੀ ਤੇ ਬੋਤਲਾਂ, ਹਾਲੇ ਤਾਂ ਮੇਰਾ ਕਾਂ ਵੀ ਨਹੀਂ ਗਿੱਲਾ ਹੋਇਆ। ਤੇਰੇ ਕਾਂ ਗਿੱਲੇ ਕਰਨ ਦੇ ਚੱਕਰ 'ਚ ਮੈਂ ਆਪਣਾ ਲਾਇਸੈਂਸ ਨਹੀਂ ਕੈਂਸਲ ਕਰਾਉਣਾ, ਅਤੇ ਖੜਾ ਕਿੱਦਾਂ ਤੂੰ ਮੇਰੇ ਸਾਹਮਣੇ ਐਕਚੁਅਲੀ? ਕਿਵੇਂ, ਜਿਵੇਂ ਖੜੀ ਦਾ ਉਵੇਂ ਖੜਾ ਜੀ। ਮੈਂ ਤੈਨੂੰ ਹੁਣੇ ਕੱਢਦਾ ਨੌਕਰੀ 'ਚ ਉੱਤੇ। ਫਿਰ ਤੁਹਾਡੀ ਨੌਕਰੀ ਦੇ ਚੱਕਰ 'ਚ ਮੈਂ ਆਪਣਾ ਖੜੇ ਹੋਣ ਦਾ ਤਰੀਕਾ ਤਾਂ ਬਦਲ ਨਹੀਂ ਸਕਦਾ। ਹਾਂਜੀ ਡਿਸਪੈਚਰ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜਨਾਬ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜਨਾਬ? ਬਾਈ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਟਰੱਕਾਂ ਨੂੰ ਪਿਛਲਾ ਸਾਰਾ ਹਫ਼ਤਾ ਬਿਜ਼ੀ ਰੱਖਿਆ। ਯਾਰ ਮਿਹਰਬਾਨੀ ਕਾਹਦੀ, ਇਹ ਤਾਂ ਫਰਜ਼ ਬਣਦਾ ਮੇਰਾ। ਨਹੀਂ ਤੁਸੀਂ ਕੱਢੋ ਨਾ ਸਮਾਂ, ਦਿਓ ਸਾਨੂੰ ਟਾਈਮ, ਅੱਜ ਮੁੰਡਿਆਂ ਨੇ ਡਿਨਰ ਰੱਖਿਆ ਹੋਇਆ, ਆਓ ਆਪਾਂ ਚੱਲ ਕੇ ਡਿਨਰ ਕਰਦੇ ਹਾਂ। ਉਹ ਅੱਜ ਤਾਂ ਮੈਂ ਪਹਿਲਾਂ ਹੀ ਲੇਟ ਹਾਂ, ਘਰੇ ਘਰ ਵਾਲੀ ਵੇਟ ਕਰੀ ਜਾਂਦੀ ਹੈ, ਬੱਚੇ ਵੇਟ ਕਰੀ ਜਾਂਦੇ, ਉਹ ਖਾਣਾ ਨਹੀਂ ਨਾ ਖਾਂਦੇ ਮੇਰੇ ਤੋਂ ਬਿਨਾਂ। ਡੈਫੀਨੇਟਲੀ ਮਿਲਦੇ ਵੀਰੇ ਆਪਾਂ, ਲੰਚ ਕਰਦੇ ਹਾਂ ਕਿਸੇ ਦਿਨ ਆਪਾਂ, ਠੀਕ? ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਮਿੱਤਰਾਂ ਨੂੰ ਇੰਝ ਲੱਗਦਾ ਸਜਰੇ ਚੱਲੇ ਮੁਕਲਾਵੇ, ਮਿੱਤਰਾਂ ਨੂੰ ਇੰਝ ਲੱਗਦਾ। Dad, Ogham's on his phone at the dining table.
अगम अगम बेटे डाइनिंग टेबल ते गैजेट्स नहीं ओके मॉम आई एम हंग्री मैं भी रे तो होर हंग्री हां यार तुहानू तां 1 घंटा होया डोनट खादिया नू जरा मेरे बारे सोचो ना खप पाउण दी कोई लोड़ नहीं नाले मैं भी तो कम तो थकी आई हां एक तां ग्रोसरी स्टोर दे काउंटर ते खड़े हो के मेरी लत्ता सुन हो गईयां उपरो थोड़ा रौला रिलैक्स प्रीत की रिलैक्स डक्का तोड़ के कोई राजी नहीं इस घर च जे इन्नी काली सी तां प्यो पुत कोई सब्जी बना दंदे कोई सैलड कट दंदे मेरे लिए No gadgets. एकम जे तेरा यो दोस्त है ना कैथी दा मुंडा ओनू कहीं बूट बाहर ला के आए मैं सवेरे वैक्यूम कीता हजे पम्मे तू आ भी गया की आ यार केहो जे काम लाता तुही मैनू इहदे नूं चंगा सी मैं पिंड पठे वड़ लेंदा की होया ਉਹਦਾ ਭੁੱਲਰ ਜਿਹਾ ਨਾ ਉਹਦੇ ਮੈਂ ਡਾਂਗਾਂ ਫੇਰਨੀਆਂ ਸੀ ਅੰਮ੍ਰਿਤਸਰ ਹੁੰਦਾ ਦੇ ਭੁੱਲਰ ਦੀ ਤਾਂ ਮੈਂ ਖਬਰ ਲੈਣੀ ਆ ਉਹਦੀ ਜਨਾਨੀ ਮਿਲਿਆ ਤਾਂ ਸਹੀ ਮੈਨੂੰ ਛੱਡ ਯਾਰ ਅੱਜ ਦੇ ਨਹੀਂ ਮਾੜਾ ਚੜਿਆ ਸਵੇਰ ਦਾ ਖਾਦਾ ਵੀ ਨਹੀਂ ਕੁਝ ਤੂੰ ਕੁਝ ਖਾਦਾ ਨਹੀਂ ਰੁਕ ਜਾ ਰੁਕ ਪਤਾ ਨਹੀਂ ਇਹੋ ਜਿਹੇ ਲੋਕਾਂ ਨੂੰ ਵੀਜ਼ਾ ਕੌਣ ਦੇ ਦਿੰਦਾ ਕੈਨੇਡਾ ਦਾ ਡੈਡ ਇਹਨਾਂ ਵੀਜ਼ਾ ਕਿਸ ਨੇ ਦਿੱਤਾ ਆਲਾ ਚਿਕਨ ਖਾ ਲੈ ਰੋਟੀ ਬਣ ਚਲੀ ਬਸ ਸਾਨੂੰ ਵੀ ਮਿਲ ਸਕਦਾ ਕੁਝ ਖਾਣ ਨੂੰ ਕਿ ਨਹੀਂ ਤੁਸੀਂ ਪਹਿਲਾਂ ਭੁੱਲਰ ਨੂੰ ਫੋਨ ਲਾਓ ਜੀ ਜੀ ਹਾਂਜੀ ਚਲੋ ਭੁੱਲਰ ਸਾਹਿਬ ਹੁਣ ਮਿੱਟੀ ਪਾਓ ਇਸ ਗੱਲ ਤੇ ਨਾਲੇ ਆਪਣਾ ਪਿਆਰ ਕਿਤੇ ਅੱਜ ਦਾ ਭੁੱਲਰ ਸਾਹਿਬ ਚਲੋ ਮੈਂ ਸੋਰੀ ਕਹਿ ਦਿੰਦਾ ਠੀਕ ਹੈ ਓਕੇ ਓਕੇ ਬਾਏ ਤੁਸੀਂ ਕਾਹਨੂੰ ਮਾਫ਼ੀ ਮੰਗੀ ਜਾਂਦੇ ਹੋ ਭੁੱਲਰ ਤੋਂ ਕਿਉਂਕਿ ਤੇਰੇ ਭਰਾ ਨੇ ਤਾਂ ਮਾਫ਼ੀ ਮੰਗਣੀ ਨਹੀਂ ਦਾਰੂ ਪੀ ਰਿਹਾ ਸੀ ਕੰਮ 'ਤੇ ਹੁਣ ਚੁੱਪ ਕਰਕੇ ਸੌਂ ਜਾਓ ਸਾਰੇ ਪਾਲਾ ਬਾਲਾ ਪੈਂਦਾ ਹੈ ਬਾਹਰ ਝੱਲਾ ਠੰਡ ਦੀ ਦਵਾਈ ਸਮਝ ਕੇ ਪੀ ਗਏ ਹੁਣ ਹਾਂ ਠੰਡ ਤਾਂ ਉੱਥੇ ਦਾਰੂ ਦਾ ਉਤਰਦੀ ਹੈ ਨਾ Dad, you guys can solve your issues later. But I said, hey, that's so. Ki mama sada kamra kade shaduga. 20 din ho gaya. Mama sada kamra mal ke baithaya. Sanu vi privacy chahidi aa. Mere to chpeda na khale ho privacy te lagde ho. Nale holi bolo. Mera veer inna ankhi hai na. Je onu sun gaya na unne hune hi ghar chhad ke chal jana. ਭੈਣੇ ਮੇਰੀ ਗੱਲ ਸੁਣ ਲਾ ਮੈਂ ਇੱਥੇ ਕੋਈ ਚਾਹ ਨੂੰ ਨਹੀਂ ਰਹਿ ਰਿਹਾ ਤੈਨੂੰ ਪਤਾ ਮੇਰੇ ਕਿੰਨੇ ਕਨੈਕਸ਼ਨ ਆ ਸਾਰਾ ਖਾਲਸਾ ਕਾਲ ਟੋਰਾਂਟੋ ਬਿਠਾ ਮੈਂ ਇੱਥੇ ਤਾਂ ਕਰਕੇ ਰਹਿ ਰਿਹਾ ਕਿ ਡੈਡ ਨੇ ਕਿਹਾ ਸੀ ਭੈਣ ਦਾ ਧਿਆਨ ਰੱਖਣਾ ਚੰਗਾ ਆਲੇ ਦੁੱਧ ਪੀ ਲੈ ਆਪਣੇ ਪਿੰਡ ਵਾਲਾ ਜੱਗੀ ਰੋਜ਼ ਫੋਨ ਕਰਦਾ ਹੀ ਆ ਜਾ ਮੇਰੇ ਟਰੱਕ ਸਾਂਭ ਲਾ ਉਹ ਮੈਂ ਕਿਹਾ ਟਰੱਕ ਦਾ ਨੁਕਸਾਨ ਹੋ ਜੂਗਾ ਤੇ ਇੰਸ਼ੋਰੈਂਸ ਵਾਲੇ ਭਰ ਦੇਣਗੇ ਭੈਣ ਦਾ ਨੁਕਸਾਨ ਹੋ ਗਿਆ ਤੇ ਕਿੱਥੋਂ ਭਰੂੰਗਾ ਅੱਗੇ ਇੱਕੋ ਇੱਕ ਤੇ ਭੈਣ ਆ ਮੇਰੀ ਆ ਮਿੱਠਾ ਕੋਈ ਜ਼ਿਆਦਾ ਹੀ ਨਹੀਂ ਪਾਤਾ ਤੂੰ ਮੈਂ ਦੋ ਵਾਰੀ ਪਾਤਾ ਸੀ ਮੈਂ ਕਿਹਾ ਕਿਤੇ ਘੱਟ ਨਾ ਰਹਿ ਜੇ ਲੈ ਦੱਸ ਨਾਲੇ ਤੈਨੂੰ ਨਾ ਮੇਰੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਬਸ ਤੂੰ ਹੁਣ ਵਿਆਹ ਕਰਾ ਲੈ ਅਸੀਂ ਨਾਨ ਭਰਜਾਈ ਇੱਕ ਦੂਜੇ ਦਾ ਧਿਆਨ ਆਪੇ ਰੱਖ ਲਾਂਗੇ ਉਹ ਤੂੰ ਰਹਿਣ ਦੇ ਅੱਗੇ ਜੀਜਾ ਨਹੀਂ ਸਾਹ ਲੈਣ ਦਿੰਦਾ ਇੱਕ ਹੋਰ ਉਪਰਾ ਜੀ ਘਰੇ ਲਿਆ ਕੇ ਭਾਲੀਏ ਹੋਰ ਰੱਟੇ ਨੂੰ ਫੜੇ ਰਹੀਏ ਐਡਾ ਮਾੜਾ ਨਹੀਂ ਤੇਰਾ ਜੀਜਾ ਵੀਰੇ ਡੈਡ ਥੋੜ੍ਹਾ ਕੰਫਿਊਜ਼ ਨਹੀਂ ਲੱਗਦਾ ਹਾਂ ਯਾਰ ਮਾਂ ਪਹਿਲਾਂ ਤਾਂ ਡੈਡ ਨੂੰ ਡੋਮੀਨੇਟ ਕਰਦੀ ਸੀ ਹੁਣ ਮਾਮਾ ਨਹੀਂ ਸਾਹ ਲੈਣ ਦਿੰਦਾ ਪੂਰ ਡੈਡ ਓਏ ਓਏ ਹੈਗਾ ਮਾਮੇ ਨੂੰ ਬਾਹਰ ਕੱਢਣ ਦਾ ਘਰੋਂ ਬਾਹਰ ਕੱਢਣਾ ਤਾਂ ਇੰਪੋਸੀਬਲ ਆ ਕਮਰੇ 'ਚ ਕੱਢਣ ਦਾ ਇੱਕ ਤਰੀਕਾ ਆ ਵਾਟ ਹੰਗਰ ਸਟ੍ਰਾਈਕ ਹਰ ਕੋਈ ਆਪਣੀ ਗੱਲ ਮਨਵਾਉਣ ਨੂੰ ਹੰਗਰ ਸਟ੍ਰਾਈਕ ਤੇ ਜਾਂਦਾ ਹੀ ਆ ਚਲੋ 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 ਲੇਟ ਹੋ ਗਏ ਜੇ ਇੰਨੇ ਵੇਲੇ ਸੀ ਤਾਂ ਗੱਡੀ ਧੋ ਦਿੰਦੇ ਹਾਂ ਚਲੋ ਹੁਣ ਚਲੋ ਚਲੋ ਲੇਟ ਹੋ ਗਏ ਬੈਠੋ ਮਮ ਯੂ ਰਿਮੈਂਬਰ ਯੂ ਹੈਵ ਟੂ ਟੇਕ ਮੀ ਟੂ ਮਾਈ ਕਲਾਸਮੇਟ ਓਲੀਵੀਆਸ ਬਰਥਡੇ ਪਾਰਟੀ ਸ਼ਾਮ ਨੂੰ ਪੁੱਤ ਮੈਂ ਤੇ ਸ਼ਾਮ ਨੂੰ ਲੇਟ ਹੋ ਜਾਣਾ ਬਾਕੀ ਵਰਕਰ ਛੁੱਟੀ ਤੇ ਨੇ ਮੈਂ ਨਾ ਤੇਰੇ ਮਾਮੇ ਨੂੰ ਕਹਿ ਦੂੰਗੀ ਉਹ ਤੈਨੂੰ ਬਰਥਡੇ ਪਾਰਟੀ ਤੇ ਲੈ ਜਾਊਗਾ ਚੰਗਾ ਨਹੀਂ ਮੈਂ ਨਹੀਂ ਮਮੇ ਨਾਲ ਜਾਣਾ ਪੁੱਤ ਮਾਮਾ ਵਿਹਲਾ ਹੈ ਘਰੇ ਐਵੇਂ ਬੋਰ ਹੋਊਗਾ ਨਾਲੇ ਉਹ ਵੀ ਤੇਰੇ ਨਾਲ ਹੈਪੀ ਬਰਥਡੇ ਟੂ ਯੂ ਗਾਊਗਾ ਨਹੀਂ ਜੀ ਮਾਮਾ ਇੰਨੇ ਵਿਹਲਾ ਗੱਡੀ ਤੋਂ ਆਉ ਤੋ ਕਰਦੇ ਕਾਰਪੇਟ ਕਲੀਨ ਕਰਵਾ ਵੀਰੇ ਦੀ ਗੱਲ ਸਹੀ ਆ ਡੈਡੀ ਸਾਰਾ ਕੰਮ ਕਰਦਾ ਘਰੇ ਤੁਸੀਂ ਦੋਵੇਂ ਸ਼ਟ ਅਪ ਹੋ ਜਾਓ ਮੇਰੇ ਤੋਂ ਚਪੇੜਾ ਨਾ ਖਾ ਲਿਓ ਉਹ ਮਾਮਾ ਗੈਸਟ ਐਸ ਕਰਦਾ ਨਾਲੇ ਬਹੁਤੀ ਗੱਲਾਂ ਨਹੀਂ ਏਕਮ ਤੂੰ ਮਾਮੇ ਨਾਲ ਹੀ ਜਾ ਰਹੇ ਆ ਬਰਥਡੇ ਪਾਰਟੀ ਤੇ ਚਲੋ ਬੈਠੋ ਹੁਣ ਗੱਡੀ 'ਚ ਚਲੋ ਚਲੋ ਫਟਾਫਟ ਕਿੱਦਾਂ ਟੌਰ ਐਗ ਨਹੀਂ ਜੱਟਦਾ
ਉਹ ਟਿੱਕੇ ਟੁੱਕੇ ਹੋਣਗੇ ਉੱਥੇ ਭੁੱਖ ਬੜੀ ਲੱਗੀ ਯਾਰ ਮਾਮਾ ਤੁਸੀਂ ਇੱਥੇ ਰਹੋ ਮੈਂ ਵਿਸ਼ ਕਰਕੇ ਆਉਂਦਾ ਉਹ ਭੈਣ ਨੇ ਕਿਹਾ ਤੈਨੂੰ ਇਕੱਲੇ ਨੂੰ ਨਹੀਂ ਛੱਡਣਾ ਆਮ ਅ ਗਰੋਨ ਅਪ ਤਾਂ ਹੀ ਤੇ ਇਕੱਲੇ ਨੂੰ ਨਹੀਂ ਛੱਡਣਾ ਉਹ ਯਾਰ ਮੈਂ ਵੀ ਉੱਥੇ ਕੇਕ ਖਾਊਂ ਮਸਾ ਤੇਰਾ ਜਾਂਦਾ ਕੁਝ ਨਹੀਂ ਤੁਸੀਂ ਇੱਥੇ ਰਹੋ ਮੈਂ ਕੇਕ ਬਾਹਰ ਲੈ ਆਉਂ Happy birthday to you. Happy birthday to you. तुम जियो हजारों साल साल के दिन हो बीस हजार हमें क्या हो गया है तुम्हारी याद सताती है तुम्हारी याद सताती है ओ प्रधान ओए क्या हुआ हुआ तो कुछ नहीं वो एक मैं ना उसका मामा हूं मैं तो वो तो बड़ी जिद कर रहा था कि अंदर आओ मेरे साथ मैं क्या बच्चों की पार्टी है मैं क्या करूंगा जाके मैं फिर मठा मठा अपना एंजॉय करने लग पे वह इलाका केड़ा अपना तरन तारन वह आडा भी वही है ताडा भी वही है फिर आप पंजाबी ते ना आ जाइए ले उतरोगे फिर मैं तो एवं भुलेखे जीन दिना गुथू गुथा हो डा ਮੈਂ ਤੇ ਸਤਵੀਂ ਤੋਂ ਬਾਅਦ ਅੱਜ ਬੋਲੀ ਹੁੰਦੀ ਆ ਪਿੱਛੇ ਵੱਡਿਆਂ ਦੀ ਵੀ ਪਾਰਟੀ ਚੱਲ ਰਹੀ ਆ ਆ ਜਾਓ ਉਹ ਨਹੀਂ ਉਹਨੇ ਵਿਸ਼ ਕਰਕੇ ਆ ਜਾਣਾ ਤੇ ਅਸੀਂ ਚੱਲਦੇ ਫਿਰ ਆਓ ਤੇ ਸਹੀ ਆ ਜਾਓ ਅੱਛਾ जब सारा रोज ड्यूटी तो लेट हो जाना मैं ओ पम्मिया अचार लातियां तेरे लिए बढ़िया मैं काजो नूडलां खा लेनियां ओ मैं काले दे ढाबे ते लगा आ जड़ियां लातियां इन्हां नूं हुण भेड़ दे फिर ओ इहनूं सवेरे सवेरे ला के बह जाना घड़ी बंद कर लिया कर किनूं कहंदे हो मैनूं नहीं तेरे प्यो नूं क्या अच्छा आप ते बमतरा जा तू पढ़ना नहीं आ मेरे मुंडे दी पढ़ाई भी खराब करदा ओ चाचा मैं ता लाउना ताकि मेरा पढ़ाई ध्यान लगे आसे पासे दे रौले दी आवाज मेरे कन्ना च ना जावे नाले तैनूं ता पता ही है आसे पासे किन्ना रौला पैंदा है आ जिवें हुण तू पाउण दे है की कही ओए खलो जरा की कही ओए ठहर जरा ओ की कह तू कादे लई इहो जे लोकां दे मुंह लगणा डैडी जी मैं ला लिया साहब इहनां नूं ना डैक दा जवाब डैक नाल ही देणा पैणा 2400 दी गल आ सारी कड्डो 2400 अकल नूं हत्थ मार ओए असीं कंजर आ मैं तैनूं दसां तू बी एस सी बी एड करके नौकरी ते लग मैं तेरा व्याह करा ते मेरी चौंके जो जान छुटे हुण हालात पता की ने कई बारी नाके ते चलान कटन लगे भी मेथों एदा हो जांदा ओ सच मैनूं चलान तो याद आया मैं सुनिया नौकरी दे विच भी कोटा हुंदा जिवें स्पोर्ट्स दा कोटा भंगड़े दा कोटा लै तैनूं नहीं पता ना ओ मैं भंगड़े दे कोटे च तां भर्ती होया इधर मैं स्टैप लिया इधर मैं शीशी कीती एस पी साहब कहिंदे काका तू इत्थे की करदा तेरे वर्गे सूरमे दी ते पंजाब पुलिस नूं बड़ी लोड़ आ बंदा बण के ना पढ़न वल ध्यान दे कोटा झाड़ देना तेरा सारा वेला किसे थां दा उस टपड़ी फेर लुआती है दी कल नू आ ला दी नवी भराई है जैश कर मेरे सत्ते ओ हेलो तू इधर किधर आ कोई देने आ पढ़न दे जा जाके रेस्ट कर कल कंपटीशन है आ भंगड़े दा
ਹੋਰ ਵੇਖੀ ਕਿਤੇ ਹੈਰਾਨਾ ਦਈ ਮੈਂ ਵੇਖੀ ਕੱਲ ਤੇਰੇ ਭੰਗੜੇ ਦੀ ਰਿਹਰਸਲ ਤੇਰੀ ਧਮਾਲ ਠੀਕ ਨਹੀਂ ਸੀ ਉਹ ਨੱਕ ਨਾ ਵੜਾ ਦੀ ਸਾਡਾ ਤੇਰੀ ਥਾਂ ਤੇ ਅਸੀਂ ਪੜ ਲਾਂਗੇ ਜਾ ਰੈਸਟ ਕਰ ਜਾ ਕੇ ਹੋਰ ਸਾਡੀ ਦੂਸਰੀ ਪਾਰਟੀ ਨਾਲ ਸ਼ਰਤ ਲੱਗੀ ਹੈ 100-100 ਦੀ ਅੱਛਾ ਤੂੰ ਕਿਹਦੇ ਨਾਲ ਸ਼ਰਤ ਲਾ ਲਈ ਨੀ ਤੇਰੇ ਕੋਲ ਨਾਲ 100 ਰੁਪਏ ਆਇਆ ਕਿੱਥੋਂ 2-2 ਰੁਪਏ ਪਿੱਛੇ ਰਿਕਸ਼ੇ ਵਾਲਿਆਂ ਨਾਲ ਲੜਨ ਵਾਲੀ ਹੈ ਤੇ ਨਾਲੇ ਤੂੰ ਤੂੰ ਮੇਰੇ ਥਾਂ ਤੇ ਪੜੇਗੀ ਉਹ ਤੇਰੀ ਤੇ ਆਪ ਪਿਛਲੇ ਸਾਲ ਪਰਾਂਦੇ ਚੋਂ ਪਰਚੀ ਫੜੀ ਗਈ ਸੀ ਤੁਸੀਂ ਕਿਤੇ ਮੈਨੂੰ ਗਲਤ ਤਾਂ ਨਹੀਂ ਸਮਝ ਰਿਹਾ ਜੇ ਮੈਂ ਤੁਹਾਡੇ ਸਾਰਿਆਂ ਨਾਲ ਪੜ੍ਹਦਾ ਇਹਦਾ ਇਹ ਮਤਲਬ ਨਹੀਂ ਕਿ ਮੈਂ ਤੁਹਾਡੇ ਵਰਗਾ ਹੀ ਹਾਂ ਮੈਂ ਟੀਚੇ ਥੋੜ੍ਹੇ ਵੱਡੇ ਮਿੱਥੇ ਜ਼ਿੰਦਗੀ 'ਚ ਮੈਂ ਪੜ੍ਹਨਾ ਵੀ ਹਾਂ ਭੰਗੜਾ ਵੀ ਪਾਉਣਾ ਨੌਕਰੀ ਵੀ ਕਰਨੀ ਆ ਵਿਆਹ ਵੀ ਕਰਾਉਣਾ ਤਾਂ ਕਿ ਮੇਰੇ ਡੈਡੀ ਦਾ ਨਾ ਚੁੱਲ੍ਹੇ ਚੌਂਕੇ ਤੋਂ ਖਿਹੜਾ ਛੁੱਟੇ ਲੈ ਇੰਨਾ ਸਾਰਾ ਕੁਛ ਸਿਰਫ ਇੱਕ ਕੁੜੀ ਕਰਕੇ ਤੂੰ ਕੁੜੀ ਤੇ ਪਸੰਦ ਕਰ ਅਸੀਂ ਆਪੇ ਚੱਕ ਲਿਆਵਾਂਗੇ ਉਹ ਜੀ ਇੱਕ ਦੋ ਸਾਡੇ ਲਈ ਵੀ ਲੱਭ ਦੋ ਆ ਗਿਆ ਪੜ੍ਹਾਈ ਤੇ ਇਸ਼ਨਾਨ ਕਰਨ ਵਾਲਿਆ ਬਹਿ ਜਾ ਤੇ ਤੁਸੀਂ ਵੱਧ ਚੜ੍ਹ ਕੇ ਗੱਲਾਂ ਕਰਨ ਵਾਲੀ ਹੋ ਖੜੀਆਂ ਹੋ ਤੁਹਾਡੇ ਟੈਸਟ ਦਾ ਰਿਜ਼ਲਟ ਆ ਗਿਆ ਤੁਹਾਡੇ 'ਚੋਂ ਕੋਈ ਵੀ ਪਾਸ ਨਹੀਂ ਹੈ ਨਾ ਤੁਸੀਂ ਆਪ ਪੜ੍ਹਨਾ ਤੇ ਨਾ ਇਸ ਮੁੰਡੇ ਨੂੰ ਪੜ੍ਹਨ ਦੇਣਾ ਤੂੰ ਖੜਾ ਹੋ ਫੇਲ ਹੋਣਾ ਵੇਖੀ ਤੇਰੇ ਨੰਬਰ ਚੰਗੇ ਨੇ ਪਰ ਤੇਰੇ ਲੈਕਚਰ ਸ਼ਾਰਟ ਨੇ ਕੀ ਫਾਇਦਾ ਰੋਲ ਨੰਬਰ ਤੈਨੂੰ ਫੇਰ ਨਹੀਂ ਮਿਲਣਾ ਉਹ ਤੈਨੂੰ ਭੰਗੜੇ 'ਚੋਂ ਕੀ ਮਿਲੂਗਾ ਸਰ ਮੈਨੂੰ ਭੰਗੜੇ ਤੋਂ ਕੁਝ ਮਿਲੇ ਨਾ ਮਿਲੇ ਬਸ ਮੇਰੇ ਕਰਕੇ ਕਾਲਜ ਨੂੰ ਟਰੋਫੀ ਮਿਲਣੀ ਚਾਹੀਦੀ ਹੈ ਜੀ ਜ਼ਿਆਦਾ ਤਾਂ ਨਹੀਂ ਬੋਲ ਗਿਆ ਮਾਰੋ ਤਾੜੀਆਂ ਹੋਰ ਮਾਰੋ ਤਾੜੀਆਂ ਇਹਨਾਂ ਤਾੜੀਆਂ ਨੇ ਮਰਾਉਣਾ ਤੈਨੂੰ ਇੱਕ ਦਿਨ ਤੇ ਦੂਜਾ ਪੰਡੋਰੀ ਨੇ ਸਤਿ ਸ਼੍ਰੀ ਅਕਾਲ ਗੋ ਸਾਹਿਬ ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਗੋ ਸਾਹਿਬ ਕਾਹਦੇ ਹਾਲ ਯਾਰ ਸਕੂਟਰ ਤੋਂ ਡਿੱਗ ਕੇ ਬਾਂਹ ਤੜਾ ਲਈ ਉਧਰ ਸਾਲੀ ਦਾ ਵਿਆਹ ਧਰਿਆ ਇਧਰ ਘਰ ਵਾਲੀ ਨੇ ਆਪਰੇਸ਼ਨ ਕਰਾ ਲਿਆ ਮੂਹਰੇ ਯੂਥ ਫੈਸਟੀਵਲ ਆ ਗਿਆ ਸਭ ਮਹਾਰਾਜ ਦੇ ਰੰਗ ਨੇ ਜੀ ਕਾਹਦੇ ਰੰਗ ਯਾਰ ਤੂੰ ਕੌਣ ਹੈ ਜਿਹੜਾ ਪ੍ਰੀਤਮ ਸਿੰਘ ਪੰਡੋਰੀ ਦੇ ਇੰਨਾ ਨੇੜੇ ਆ ਗਿਆ ਗੋ ਸਾਹਿਬ ਮੈਂ ਵੀ ਭੰਗੜਾ ਕਰਨਾ ਹੈ ਜੀ ਕਰੋ ਮੇਰਾ ਮਤਲਬ ਆਪਣੀ ਟੀਮ 'ਚ ਲੈ ਲਓ ਜੀ ਬੇਟੇ ਭੰਗੜੇ ਦੇ ਘਰ ਬਹੁਤ ਦੂਰ ਨੇ ਪਹਿਲਾਂ ਸੱਪ ਖੁੰਡੇ ਇਕੱਠੇ ਕਰਿਆ ਕਰੋ ਫਿਰ ਦੇਖਦੇ ਹਾਂ ਸਪੇਰਾਂ 'ਚ ਰੱਖਣਾ ਕਿ ਨਹੀਂ ਰੱਖ ਚਲੋ ਸ਼ਾਬਾਸ਼ ਚੰਗਾ ਸਰ ਜਿਹਨੂੰ ਇਹ ਨਹੀਂ ਪਤਾ ਕਿ ਭੰਗੜਾ ਪਾਈਦਾ ਕਿ ਭੰਗੜਾ ਕਰੀਦਾ ਉਹਨੇ ਸਵਾਹ ਜਿੱਤਣਾ ਤੇਰਾ ਕੀ ਨਾਂ ਕਾਕਾ ਮੈਂ ਹਰ ਵਾਰੀ ਭੁੱਲ ਜਾਂਦਾ ਯਾਰ ਮੇਰਾ ਨਾਂ ਜੀ ਸੁਪਨੀਤ ਤੇਰੀਆਂ ਫਸਲਾਂ ਕਿੱਧਰ ਜਾ ਰਹੀਆਂ ਸੀ ਜਿਵੇਂ ਪੱਕੀ ਫਸਲ ਦੇ ਗੜੇ ਪੈ ਗਏ ਹੁੰਦੇ ਆ ਬੇਟੇ ਲਹਿਰਾਓ ਉਹਨਾਂ ਨੂੰ ਜਿੰਨਾ ਲਹਿਰਾ ਸਕਦੇ ਆਵੇ ਇਦਾਂ ਆ ਆਵੇ ਆ ਪਹਿਲਾਂ ਤੂੰ ਹੀ ਦੱਸ ਦੇ ਮੈਂ ਬਾਅਦ 'ਚ ਦੱਸ ਦੂੰ ਵੱਡਾ ਭੰਗੜ ਜੀ ਓਏ ਦੂਜਿਆਂ ਨੂੰ ਗਲਤ ਸਲਾਹਾਂ ਦੇਣ ਵਾਲਿਆ ਤੇਰੀ ਧਮਾਲ ਕਿੱਧਰ ਜਾ ਰਹੀ ਸੀ ਕੋ ਸਾਹਿਬ ਤੁਸੀਂ ਪਾ ਕੇ ਵਿਖਾ ਦਿਓ ਆ ਜਾ ਤੂੰ ਮੇਰੀ ਥਾਂ ਤੇ ਸਕੂਟਰ ਤੋਂ ਬਾਹਰ ਤੜਾ ਲਾ ਮੈਂ ਤੇਰੀ ਥਾਂ ਤੇ ਧਮਾਲ ਪਾ ਲੈਣਾ ਪੰਮੇ ਹਾਂਜੀ ਮੈਂ ਤੁਹਾਨੂੰ ਕਿਹਾ ਸੀ ਕਿ ਨਵਾਂ ਐਕਸ਼ਨ ਐਡ ਕਰਨਾ ਭਲਵਾਨੀ ਚਾਲ ਉਹ ਕਿਉਂ ਨਹੀਂ ਕੀਤਾ ਕਿਦਾਂ ਦੱਸਿਆ ਨਹੀਂ ਸਾਨੂੰ ਪਤਾ ਕਮਾਲ ਆ ਯਾਰ ਉਹਦੇ ਪਿੱਛੇ ਮੈਂ ਬਾਂਹ ਤੜਾਈ ਆ ਉਹੀ ਤੁਸੀਂ ਪਾਇਆ ਨਹੀਂ ਵਿੱਚ ਉਸਤਾਦ ਜੀ ਆਇਓ ਮਾੜਾ ਜਿਹਾ ਬਾਂਹ ਮੇਰੀ ਇਕੱਲੇ ਦੀ ਟੁੱਟੀ ਆ ਤੁਹਾਡੀ ਸਾਰਿਆਂ ਦੀ ਨਹੀਂ ਕਿਵੇਂ ਲੱਗਿਆ ਟੁੰਡਾ ਡਾਂਸ ਕਰਨ ਦੋਏ ਬਹਾਨਾ ਕਰੋ ਆਓ ਜੀ ਉਸਤਾਦ ਜੀ ਨਾਲੇ ਕੋਚ ਸਾਹਿਬ ਇਹਨੂੰ ਲਾ ਦਿਓ ਜੀ ਹੁਣ ਡੇਢ ਮਹੀਨਾ ਹੋ ਗਿਆ ਉੱਥੇ ਕੱਲ੍ਹ ਇੱਦਾਂ ਤੁਰੇ ਫਿਰਦੇ ਚੰਗੇ ਲੱਗੋਗੇ ਅਤੇ ਜੇ ਇੱਦਾਂ ਫਿਰਨਾ ਤਾਂ ਫਿਰ ਸਾਡੇ ਨਾਲ ਨਾ ਫਿਰਿਓ ਨਹੀਂ ਮੈਂ ਕੱਲ੍ਹ ਔਖਾ ਸੌਖਾ ਲਾ ਹੀ ਦੇਣਾ ਇਹਨੂੰ ਅਤੇ ਲਓ ਜੀ ਫਿਰ ਉਹ ਵੇਲਾ ਆ ਗਿਆ ਜਿਹਦੀ ਇੰਨੇ ਚਿਰ ਤੋਂ ਉਡੀਕ ਸੀ ਅਤੇ ਮੈਨੂੰ ਸਵੇਰੇ 8 ਵਜੇ ਮੇਰੇ ਪਿੰਡ ਦੇ ਅੱਡੇ ਤੋਂ ਚੱਕ ਲਿਓ ਅਤੇ ਕੋਈ ਬੰਦਾ ਲੇਟ ਨਾ ਹੋਵੇ ਸਣੇ ਸਤਿਕਾਰਯੋਗ ਕੋਚ ਸਾਹਿਬ ਅਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ ਕੀ ਹੁੰਦਾ ਹੋ ਜਾਏਗਾ ਜੋ ਹੋਣਾ ਫਿਰ ਚਲੋ ਜੀ ਫਿਰ 1-2-3 Girls, you always remember, you are from SSK College, which is one of the best college of Northern region. Asi padhai vich, sports vich, te cultural activities vich sab to agge haan. You know why? Sada focus, te discipline. Is vaar vi overall trophy asan hi leke jaani hai. There is no such thing as second, either you first, or you nothing.
मैं उम्मीद कर सकती हूँ कि आज दे फेस्टिवल विच असी जरूर जीतांगे। Yes, ma'am. Let's have a photograph together. Sorry, mama. Ma'am. I'll talk to you later. Okay. थोड़ा हसो। साढ़े कॉलेज दिया कुड़िया हसदिया नहीं, स्माइल कर दिया नहीं। Smile, please. So all the best girls. Thank you, ma'am. तू रुक, तू मेरे नाल जावी। मैं थोड़े अद्धे घंटे का लेक्चर हो नहीं सुन सकती। यार मैनू तो डर जा लगी जांदा, पता नहीं की बनना अज। की हाल है वे मुंडे हो, तैयारी है? सत श्री अकाल सर। सत श्री अकाल कोच साहब। सर तैयारी पूरी है जी, पर आप तो अंदर एवें डरी जांदा जी। ਧਾਲੀਵਾਲ ਦੀ ਟੀਮ 'ਚ ਪਹਿਲੀ ਵਾਰੀ ਨੱਚਣ ਲੱਗਿਆ ਨਾ ਪੁੱਤ। ਹਾਂਜੀ। ਇਸ ਕਰਕੇ ਮੈਂ ਜਿੱਥੇ ਵੀ ਜਾਂਦਾ ਮੇਰੀ ਟੀਮ ਨਹੀਂ ਹਾਰਦੀ, ਸਮਝ ਗਿਆ? ਘਬਰਾਉਣ ਦੀ ਲੋੜ ਨਹੀਂ, ਤੈਨੂੰ ਪਤਾ ਨਹੀਂ ਆਪਾਂ ਕੀ ਚੀਜ਼ ਆ। ਅੱਜ ਦੇ ਭੰਗੜੇ ਦੀ ਪਰਫਾਰਮੈਂਸ ਤਾਂ ਇੱਕ ਫਾਰਮੈਲਿਟੀ ਆ, ਫਾਰਮੈਲਿਟੀ। ਓਏ ਆਪਾਂ ਤਾਂ ਜਿੱਤੇ ਬੈਠੇ ਆ, ਆਪਣੇ ਮੂਹਰੇ ਕਿਹੜਾ ਅੜਜੂ। ਸੁੱਖੀ ਤੇਰੇ ਮੁੰਡੇ ਆ ਗਏ? ਸਾਰੇ ਆ ਗਏ ਜੀ ਸਰ ਜੀ। ਚੱਲੀਏ ਫਿਰ। ਉਹ ਕਾਕਾ ਤੂੰ ਆਪਦੇ ਬੁਰਸ਼ ਬਰਸ਼ ਚੱਕ ਲੈ। ਹਾਂਜੀ ਹਾਂਜੀ ਸਰ, ਚੱਕ ਲਿਆ ਜੀ, ਫੁੱਲ ਤਿਆਰੀ ਆਪਣੀ। ਲੈ ਜੀ ਫੁੱਲ ਤਿਆਰੀ ਆ, ਚਲੋ ਚੱਲੀਏ ਕਰਕੇ ਆਈਏ ਫਾਰਮੈਲਿਟੀ, ਲਿਆਈਏ ਟਰਾਫੀ ਚੱਕ ਕੇ। ਚਾਚਾ ਮੇਰੀ ਬਸ ਨਹੀਂ ਲੰਘੀ ਹਾਲੇ। ਹੁਣੇ ਲੰਘੀ ਆ ਤੇਰੇ ਅੱਗੇ ਅੱਗੇ, ਅੱਧਾ ਘੰਟਾ ਹੋਇਆ। ਅੱਧਾ ਘੰਟਾ? ਕੁਝ ਕਹਿੰਦੇ ਤਾਂ ਨਹੀਂ ਮੇਰੇ ਬਾਰੇ, ਮੰਦਾ ਚੰਗਾ। ਤੇਰੇ ਬਾਰੇ ਤਾਂ ਨਹੀਂ ਗੱਲ ਕੋਈ ਕੀਤੀ, ਤੇਰੇ ਘਰਦਿਆਂ ਬਾਰੇ ਕਾਫੀ ਗੱਲਾਂ ਕਰਦੇ ਸੀ। ਕੌਣ ਕਹਿੰਦਾ ਸੀ? ਬਿੰਦੂ? ਉਹ ਸਾਰੇ ਬੋਲਦੇ, ਤੈਨੂੰ ਪਤਾ ਤਾਂ ਹੈਗਾ ਖੁਦ। ਘਰ ਬਾਰ ਜ਼ਿਆਦਾ ਇੱਜ਼ਤ ਆ ਤੇਰੀ ਵੈਸੇ। ਚੁੱਪ ਕਰ, ਮੈਂ ਲੇਟ ਹੋ ਗਿਆ, ਛੱਡ ਗਿਆ ਮੈਨੂੰ। ਉਹ ਭਰਾਵਾ ਮੈਂ ਤਾਂ ਆਪ ਲੇਟ ਹੋਈ ਜਾਂਦਾ। ਉਹ ਯਾਰ ਛੱਡਿਆ, ਮੇਰੇ ਬਿਨਾਂ ਸਰਨਾ ਨਹੀਂ ਉਹਨਾਂ ਦਾ। ਉਹ ਜੇ ਤੇਰੇ ਬਿਨਾਂ ਨਹੀਂ ਸਰਨਾ ਸੀ ਤੈਨੂੰ ਇੱਥੇ ਛੱਡ ਕੇ ਜਾਂਦੇ ਉਹ। ਉਹ ਹੁਣ ਤੱਕ ਤਾਂ ਸਰ ਗਿਆ ਹੋਣਾ ਉਹਨਾਂ ਦਾ। ਕਿਤੇ ਮੇਰੇ ਬਗੈਰੀ ਨਾ ਜੇ ਜਾਣ। ਆ ਕੌਣ ਹੈ? ਇਹਨੂੰ ਕਾਹਦੀਆਂ ਖੁਸ਼ੀਆਂ ਚੜੀਆਂ ਨੇ? ਮੈਡਮ ਕੋਈ ਭੰਗੜੇ ਵਾਲਾ ਮੁੰਡਾ ਲੱਗਦਾ, ਲਿਫਟ ਮੰਗਦਾ। ਭਈਆ ਅਗਰ ਹੈਂਡਸਮ ਹੈ ਤਾਂ ਲਿਫਟ ਦੇ ਦਿੱਤੇ ਹੈ। ਹੈਂਡਸਮ ਤਾਂ ਹੈਗਾ ਹੈ। ਮੈਮ ਲਿਫਟ ਮਿਲ ਜੂਗੀ, ਮੇਰੀ ਭੰਗੜੇ ਦੀ ਪਰਫਾਰਮੈਂਸ ਆ, ਯੂਥ ਫੈਸਟੀਵਲ ਜਾਣਾ ਲੇਟ ਹੋ ਗਿਆ। ਅਸੀਂ ਵੀ ਉੱਥੇ ਹੀ ਚੱਲੇ ਆ। ਅੱਛਾ ਫਿਰ ਤੇ ਬਣ ਗਈ ਗੱਲ। ਕੀਪ ਕੁਆਇਟ। ਅੱਛਾ ਨਹੀਂ ਬਣੀ। ਮੈਮ ਮੇਰੇ ਜੀਣ ਮਰਨ ਦਾ ਸਵਾਲ ਆ ਜੀ, ਪਿੱਛੇ ਲਮਕੇ ਆ ਰਿਹਾ। ਵਿਚ ਕਾਲਜ? SSK ਕਾਲਜ ਫਾਰ ਬੋਇਜ਼। ਓਹੋ, ਫਿਰ ਤਾਂ ਘਰ ਵਾਲੀ ਗੱਲ, ਪੁੱਛਣ ਵਾਲੀ ਕੋਈ ਗੱਲ ਨਹੀਂ। ਆ ਜਾਓ ਆ ਜਾਓ। ਆ ਜਾ। ਹਮਨੇ ਤਾਂ ਐਸੇ ਹੀ ਬੋਲੇ ਥੇ, ਇਹ ਤਾਂ ਸੱਚ ਮੇਂ ਹੀ ਆ ਗਿਆ। ਭਾਵੇਂ ਪੰਮਾ ਤੇ ਭਾਵੇਂ ਸ਼ੰਮਾ, ਜਿਹੜਾ ਡਿਸਿਪਲਿਨ ਦਾ ਪੱਕਾ ਨਹੀਂ ਨਾ, ਉਹ ਮੇਰੇ ਨੇੜੇ ਕਦੇ ਵੀ ਨਹੀਂ ਹੋ ਸਕਦਾ। ਸਰ ਮੈਂ, ਤੂੰ ਭਾਵੇਂ ਸਪੇਅਰ ਆ ਪਰ ਅੱਜ ਮੇਰੇ ਨੇੜੇ ਆ। ਅੱਜ ਪੰਮਾ ਨਹੀਂ ਭੰਗੜਾ ਪਾਊਗਾ, ਉਹਦੀ ਥਾਂ ਤੇ ਤੂੰ ਨੱਚੇਗਾ। ਓਏ ਆਜੂ ਪੰਮਾ ਯਾਰ। ਪੰਡੋਰੀ ਸਾਹਿਬ। ਸਤਿ ਸ੍ਰੀ ਅਕਾਲ ਧਾਰੀਵਾਲ ਸਾਹਿਬ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ? ਠੀਕ ਹੈ ਸਰ, ਤੁਸੀਂ ਸੁਣਾਓ? ਕਿਵੇਂ ਤਿਆਰੀਆਂ? ਕਾਹਦੀਆਂ ਤਿਆਰੀਆਂ ਜੀ, 2 ਮਹੀਨੇ ਹੋ ਗਏ, ਸਕੂਟਰ ਤੋਂ ਤਿਲਕ ਕੇ ਗਿਰ ਗਿਆ ਸੀ। ਓ ਬਾਂਹ ਟੁੱਟ ਗਈ ਸੀ। ਉਧਰ ਸਾਲੀ ਦਾ ਵਿਆਹ ਧਰਿਆ ਹੋਇਆ ਸੀ, ਇੱਧਰ ਘਰ ਵਾਲੀ ਨੇ ਆਪਰੇਸ਼ਨ ਕਰਾ ਲਿਆ। 2 ਮਹੀਨੇ ਹੋ ਗਏ, ਮੁੰਡਿਆਂ ਨੂੰ ਪ੍ਰੈਕਟਿਸ ਕਰਾਉਣ ਲਈ ਜਮਾ ਹੀ ਟਾਈਮ ਨਹੀਂ ਮਿਲਿਆ। ਤੁਸੀਂ ਸੁਣਾਓ, ਤੁਹਾਡੀ ਤਿਆਰੀ ਕਿਵੇਂ ਚੱਲਦੀ? ਕਾਹਦੀਆਂ ਤਿਆਰੀਆਂ,
ਫੈਸਟੀਵਲ ਦੇ ਨਾਂ ਤੇ ਬਸ ਮੁੰਡੇ ਆਪਸ ਚ ਮਿਲ ਲੈਂਦੇ ਨੇ, ਪਿਆਰ ਵਧਾ ਲੈਂਦੇ ਨੇ। ਜਿਉਂਦੇ ਰਹਿਣ ਕਾਲਜਸ ਵਾਲੇ ਜਿਹੜੇ ਮੌਕਾ ਦਿੰਦੇ ਨੇ ਇਹਨਾਂ ਨੂੰ ਪਿਆਰ ਵਧਾਉਣ ਦਾ, ਇਹਦੇ ਚ ਤੇ ਕੋਈ ਸ਼ੱਕ ਨਹੀਂ। ਅਨਿੰਦੀ ਤੇ ਸੁਖੀ ਤੁਹਾਡੀ ਟੀਮ ਚ ਭੰਗੜਾ ਪਾ ਰਹੇ ਨੇ। ਪੰਡੋਰੀ ਸਾਹਿਬ, ਮੈਂ ਕਿਹਾ ਜੇ ਹੁਣ ਪਿਆਰ ਵਧਾਉਣਾ ਹੀ ਆ ਤਾਂ ਚੰਗੀ ਤਰ੍ਹਾਂ ਹੀ ਵਧਾ ਲਈਏ। ਕਿਉਂ ਨਹੀਂ, ਕਿਉਂ ਨਹੀਂ। ਓ ਪੰਮਾ ਨਹੀਂ ਦਿਸਦਾ ਤੁਹਾਡਾ? ਧਾਰੀਵਾਲ ਸਾਹਿਬ ਜਿਹੜਾ ਸਮੇਂ ਦੀ ਕਦਰ ਨਹੀਂ ਨਾ ਕਰਦਾ, ਪ੍ਰੀਤਮ ਸਿੰਘ ਪੰਡੋਰੀ ਉਹਦੀ ਕਦਰ ਨਹੀਂ ਕਰਦਾ। ਕੱਢਦਾ ਮੈਂ ਉਹਨੂੰ ਐਤਕੀ ਟੀਮ 'ਚ, ਫਿਰ ਤਾਂ ਪਿਆਰ ਵਧੂਗਾ ਹੀ। ਉਹ ਪੰਮੇ ਨੂੰ ਬੁਲਾਓ, ਫੋਨ ਫੂਨ ਕਰਕੇ ਕਿੱਥੇ ਆਓ? ਅਤੇ ਮੈਂ? ਉਹ ਤੂੰ ਸਭ ਤੋਂ ਇਕੱਠੇ ਕਰ। ਸਰ, ਪੰਮਾ ਪਰੀਆਂ ਦੀ ਬੱਸ 'ਚ। ਕੁੜੀਆਂ ਦੀ? ਚਲੋ, ਦੇਰ ਆਇਆ ਪਰ ਦਰੁਸਤ ਨਹੀਂ ਆਇਆ। ਐਕਸਕਿਊਜ਼ ਮੀ, ਤੂੰ ਝੂਠ ਬੋਲ ਕੇ ਲਿਫਟ ਲਈ ਨਾ ਕਿ ਤੂੰ SSK ਕਾਲਜ ਦਾ ਹੈ? ਕਿਉਂ? ਤੇਰੇ ਖੜੇ ਹੋਣ ਦੇ ਸਟਾਈਲ ਤੋਂ ਤਾਂ ਲੱਗਦਾ ਹੈ ਕਿ ਤੂੰ ਖਾਲਸਾ ਕਾਲਜ ਦਾ ਹੈ। ਪ੍ਰਿੰਸੀਪਲ ਦੀ ਕੁੜੀ ਹੈ, ਜੇ ਸ਼ਿਕਾਇਤ ਲਗਾਤੀ ਨਾ ਤੁਹਾਡਾ ਪੂਰਾ ਕਾਲਜ ਚੁਕਾ ਦੂਗੀ। ਅੱਛਾ ਜੀ? ਹਾਂਜੀ, ਵੇਖ ਲਓ ਚੁਕਾਉਣਾ ਤੇ ਚੁਕਾ ਦਿਓ। ਹੁਣ ਇਹਨਾਂ ਦੇ ਮੰਮਾ ਦੇ ਡਰ ਤੋਂ ਮੈਂ ਆਪਣਾ ਖੜੇ ਹੁੰਦਾ ਤਰੀਕਾ ਤਾਂ ਨਹੀਂ ਬਦਲ ਸਕਦਾ। ਹੈਲੋ, ਚਲੋ ਆ ਜਾਓ, ਲੇਟ ਨਾ ਹੋ ਜਾਓ। ਸਤਿ ਸ਼੍ਰੀ ਅਕਾਲ ਮੈਮ, ਥੈਂਕ ਯੂ ਮੈਮ, ਥੈਂਕ ਯੂ। ਇਹ ਮੁੰਡਾ ਕੌਣ ਸੀ? SSK ਕਾਲਜ ਦਾ ਹੈ। SSK ਫੋਰ ਬੋਇਜ਼। ਸੋਭਾ ਸਿੰਘ ਨੀ ਮਸ਼ਹੂਰ? ਉਹ ਮੈਂ ਲੁੱਕ ਦੀ ਗੱਲ ਕਰ ਰਿਹਾ। ਓਏ, ਆ ਭੰਗੜੇ ਵਾਲਾ ਮੁੰਡਾ ਡਰੈਂਗ ਵੀ ਕਰਦਾ ਈ? ਇਹ ਬਣੂ ਵੱਡਾ ਹੋ ਕੇ ਸੋਭਾ ਸਿੰਘ। ਸੋਭਾ ਸਿੰਘ ਭੰਗੜਾ ਪਾਉਂਦਾ ਸੀ? ਕਦੀ ਕਦੀ ਪਾ ਲੈਂਦਾ ਹੋਣਾ। ਹੈਲੋ ਪਾਊ ਯਾਰ, ਟਾਈਮ ਨਾ ਪਹੁੰਚ ਜੀ ਉੱਥੇ ਭੰਗੜੀ ਸ਼ੁਰੂ ਹੋਣ ਵਾਲੀ, ਲੇਟ ਨਾ ਹੋ ਜਾਈ ਐਵੇਂ। ਇਰਫਾਨ ਖਾਨ ਨੇ ਕਿਹਾ? ਅਰੇ ਕਿਆ ਭਈਆ, ਅਰੇ ਭਈਆ ਦਿਮਾਗ ਕੀ ਬੱਤੀ ਜਲਾ ਲੋ। ਸੋ ਗੱਲ ਕਰਦੇ ਹਾਂ ਜੀ ਲੋਕ ਨਾਚਾਂ ਦਾ ਅਨਿੱਖੜਵਾ ਅੰਗ, ਸਾਡੇ ਸੱਭਿਆਚਾਰ ਦਾ ਰੋਬਦਾਰ ਲੋਕ ਨਾਚ, ਭੰਗੜਾ ਭੰਗੜਾ ਭੰਗੜਾ। ਇੱਕ ਪਾਸੇ ਭੰਗੜੇ ਚ ਪੈਣ ਬੋਲੀਆਂ ਉਹ ਬੱਚੇ ਢੋਲ ਬਾਬੇ ਦਾ, ਦੂਜੇ ਪਾਸੇ ਚੱਲਦਾ ਕਬੱਡੀ ਵਾਲਾ ਮੈਚ ਮਾਝੇ ਤੇ ਦੁਆਬੇ ਦਾ, ਦੋਹਾਂ ਵਿੱਚ ਕਾਰ ਦੀ ਦਲੀ ਮੁਕਾਬਲਾ, ਉਹ ਲੋਕੀ ਖੜੇ ਤੱਕਦੇ ਗਿੱਠ ਗਿੱਠ।
दौड़ की गल कर जा रही हाँ। जी हाँ, हुण वारी है नतीजिया दे ऐलान की। पहला गल करते हैं जी लोक गीतां दे विच पहले स्थान दी। ए स्थान जा रहा है GH कॉलेज फॉर बॉयज नू। अगला मुकाबला यानी कि पेंटिंग मुकाबला इस दे विच तीसरे स्थान ते है GH कॉलेज फॉर बॉयज अगेन। दूसरे स्थान ते कौन है वेखिए जरा। दूसरे स्थान ते पेंटिंग मुकाबले दे विच जेतू टीम है SSK कॉलेज फॉर गर्ल्स दी टीम। ते इसे मुकाबले दे विच जेड़ी टीम नू पहला स्थान मिलिया है ओ जी हाँ SSK कॉलेज फॉर बॉयज। मैडम जी खालसा कॉलेज का भंगड़ा जीत गया ना ओवरऑल ट्रॉफी पक्की है। भंगड़ा 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 ते इस साल का जोनल युवक मेला जेडी टीम लुट के ले गई है ओ है जी खालसा कॉलेज। जोरदार ताड़ियां। ओवरऑल ट्रॉफी विच पॉइंट्स नु लेके दो टीमां विच बहुत ही फसवा मुकाबला चल रहा सी पर खालसा कॉलेज दे भंगड़ा जीतन दे नाल हुण ऑल ओवर ट्रॉफी जांदी है SSK कॉलेज फॉर गर्ल्स। सर यकीन नहीं हो रहा आपा हार गए। पर तू तो पेंटिंग च जीत गया ना। पर सर भंगड़ा ते हार गए। कोई गल नहीं अगली बारी भंगड़ा जीत लांगे। वैसे राड़ी एक गल तो है जो मर्जी कह लो बंदा यूथ फेस्टिवल विच सब तो वध एंजॉय करता है गिद्दे ते भंगड़े नू। सही बेटा मैं भी अपने वेले भंगड़े का बहुत वड्डा फैन रहा। हाँ लै मैं आप गिद्दियां दी राणी रही हाँ। तेरे बौ जी ने सब तो पहला मैनू तियां विच ते वेख्या सी। पूरे इलाके दे विच सब तो पहली साडी लव मैरिज होई सी। ओहो दादी लव मैरिज चाई जी तेरे हारन दा इस कार्च किसे नू कोई फर्क नहीं पिया लगदा। मम्मा मैं पेंटिंग जितन हारन वास्ते नहीं करदी। पेंटिंग मेरा पैशन है ते वैसे भी ओवरऑल ट्रॉफी दा साडा कॉलेज ही जीता है ना ता एंजॉय। पर प्रिंसिपल दी कुड़ी ता हारी है ना लोकी की कहणगे। की कहणगे प्रिंसिपल दी कुड़ी हारी है ते तेरे स्कूल दे विच कोई एडमिशना दी कमी ते नहीं होई ना। स्कूल नहीं कॉलेज। ओ इक्को ही गल है दोवां थावां ते बच्चे जाना पसंद नहीं करदे नाले पेंटिंग नू वेखदा ही कौन है। मैं ता वेख लो कदी भी नहीं वेखी। लै दे कितन जद देखदे ने बस। हाँ, बस हो सकदा है जो मैं पेंटिंग च कहना चाहुंदी होवां ओ जजेस नू समझ ना आया होवे। तू पिकासो है ना बड़े सालों बाद तेरी पेंटिंग समझ आएगी लोकां नू। बेटा खाना छड़ के नहीं मैं छड़ के नहीं जा रही हूं डैडी नाल लेके जा रही हूं। ओ ठीक है तीए पता मेनू तू ता कागज भेज देगी राजे पर मैथों नहीं आया जाना। फिर भी ओ इत्थे औखा हो जू। ओ मैं ता पुत दो दिन घरों बाहर हो जा घर मुद्दा हो जांदा। ओ इहदे सारे नहीं घर छड्या जा सकदा पुत अजे तक इहनू आटा गुन्नना नहीं आया इहदे मांजे भांडे मैं फिर मांजदा। हां आंडे उबालने सीख गया एडा माड़ा भी नहीं मेरा वीर एवे भाने ना बनाओ तुसी हुण। ओ पुत कहिंदे हुंदे ना तियां दे घर दा पाणी। डैडी पुरानियां गल्लां ना करो चुप करके इत्थे आ जाओ। हुण किहदा फोन है डैडी। गुड्डो है। ओ अच्छा कहिंदी है रेबन दी आनक भेजांगी जे चंगे नंबर लैके पास हो जाएगा तां। अच्छा कराओ मेरी गल। हां जी हेलो पम्मे मैं तेरी आनका भेजदियां ने फिर भी पढ़ ली हुण तू। अच्छा जित गए फिर भंगड़ा ही ना पाँदा रही कोई पढ़ाई वाल भी ध्यान दे आ जा मार जा चक्कर हुण। ना भैन मेरे को कितने आ जाना मैं ते दो दिन घरों बाहर हो जाते घर मुद्दा हो जाता। डैडी तू सवेरे चाह मैं बना के पिया। प्रीत मेरी शर्ट कितने आ। अपा जी बोलता किदा तेरा
ਤੈਨੂੰ ਵੈਸੇ ਲੱਗਦਾ ਹੈ ਸ਼ਰਟ ਮੰਗਦੇ ਸੀ। ਇਹਨੂੰ ਕਹਿ ਫਿਰ ਤਰੀਕਾ ਬਦਲੇ। ਭੈਣ ਮੇਰੀ ਗੱਲ ਸੁਣ ਲਾ, ਮੇਰੇ ਤੋਂ ਕੋਈ ਗੱਲ ਲੁਕਾਉਣੀ ਨਹੀਂ ਤੂੰ। ਜੇ ਕੋਈ ਉਨੀ ਕੀ ਹੋਈ ਤਾਂ ਉੱਡ ਕੇ ਆ ਜਾਊਂ ਮੈਂ। ਮੈਨੂੰ ਪਤਾ ਹੈ ਮੇਰਾ ਵੀਰ ਮੈਨੂੰ ਕਿੰਨਾ ਪਿਆਰ ਕਰਦਾ। ਹੁਣ ਸੋਚ ਲੈ ਆਪਣੇ ਵਿਆਹ ਬਾਰੇ ਵੀ ਕੁਛ। ਕੋਈ ਕੁੜੀ ਕਾੜੀ ਪਸੰਦ ਆਈ ਕਿ ਨਹੀਂ ਤੈਨੂੰ? ਜਦੋਂ ਕਿ ਲੱਭੀ ਸਭ ਤੋਂ ਪਹਿਲਾਂ ਤੈਨੂੰ ਦੱਸਣਾ ਮੈਂ। ਅੱਛਾ ਚੰਗਾ। ਸਰਪ੍ਰੀਤਮ ਸਿੰਘ ਪੰਡੋਰੀ ਦੀ ਤਾਂ ਲੋਕ ਪਹਿਲਾਂ ਹੀ ਬਥੇਰੀ ਇੱਜ਼ਤ ਕਰਦੇ ਸੀ, ਹੁਣ ਤਾਂ ਸੁਖਨਾ ਪੁਲਿਸ ਵਾਲੇ ਵੀ ਕਰਨ ਲੱਗੇ। ਆ ਤੁਹਾਡੇ ਸਾਹਮਣੇ ਹੀ ਆ, ਦੇਖ ਲਓ ਮੈਸੇਜ ਆਇਆ। ਮੈਨੂੰ ਲੱਗਦਾ ਟਰਾਫੀ ਮੈਨੂੰ ਨਾਲ ਲੈ ਕੇ ਜਾਣੀ ਪੈਣੀ ਆ ਪੁਲਿਸ ਸਟੇਸ਼ਨ। ਸਟਾਫ ਨੇ ਫੋਟੋਆਂ ਕਰਾਉਣੀਆਂ ਹੋਣੀਆਂ ਨਾਲ। ਹਾਂ ਬਿਲਕੁਲ। ਸਤਿ ਸ਼੍ਰੀ ਅਕਾਲ। ਬੜੀ ਖੁਸ਼ੀ ਦੀ ਗੱਲ ਹੈ ਕਿ SSP ਸਾਹਿਬ ਨੇ ਪ੍ਰੀਤਮ ਸਿੰਘ ਪੰਡੋਰੀ ਭੰਗੜਾ ਕੋਚ ਨੂੰ ਖੁਦ ਬੁਲਾਇਆ ਭੰਗੜੇ ਨੂੰ ਇੱਜ਼ਤ ਮਾਨ ਦੇਣ ਲਈ। ਪਰਸੋਂ SSP ਸਾਹਿਬ ਦੇ ਘਰੇ ਫੰਕਸ਼ਨ ਆ। ਓ ਅੱਛਾ 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 ਅੱਛਾ। ਤੇ ਉਹਨਾਂ ਨੇ ਸਾਡੀ ਜੇਤੂ ਟੀਮ ਨੂੰ ਘਰੇ ਬੁਲਾਇਆ ਆਪਣੇ ਮਹਿਮਾਨਾਂ ਨਾਲ ਫੋਟੋਆਂ ਕਰਾਉਣ ਲਈ। ਕੋਈ ਗੱਲ ਹੀ ਪਹੁੰਚ ਜਾਂਗੇ। ਉਹ ਗੱਲ ਤਾਂ ਪੂਰੀ ਸੁਣ ਲਾ, ਕੋਈ ਫੋਟੋਆਂ ਨਹੀਂ ਕਰਾਉਣੀਆਂ ਉਹਨਾਂ ਦੇ ਆਉਣੇ ਮਹਿਮਾਨ। ਤੁਹਾਡੀ ਟੀਮ ਨੇ ਉਹਨਾਂ ਦੇ ਵੈਲਕਮ ਲਈ ਉਹਨਾਂ ਦੇ ਮੂਹਰੇ ਭੰਗੜਾ ਪਾਉਣਾ। ਸਾਡੇ ਮੁੰਡਿਆਂ ਲਈ ਭੰਗੜਾ ਪ੍ਰੋਫੈਸ਼ਨ ਨਹੀਂ, ਪੈਸ਼ਨ ਆ ਪੈਸ਼ਨ। ਨਾਲੇ ਸਾਡੇ ਭੰਗੜੇ ਵਾਲਿਆਂ ਲਈ ਤਾਂ ਕਹਾਵਤ ਮਸ਼ਹੂਰ ਆ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਸਾਨੂੰ ਇਹ ਸੌਦਾ ਮਨਜ਼ੂਰ ਨਹੀਂ। ਸਾਡੇ ਮੁੰਡੇ ਪਰਸੋਂ ਫ੍ਰੀ ਨਹੀਂ। ਜਨਾਬ ਨੁੱਕਰ ਵਾਲਾ ਹਲਵਾਈ ਜਿਹੜਾ ਸਾਹਿਬ ਦੇ ਫੰਕਸ਼ਨ ਦੇ ਕੈਟਰਿੰਗ ਲਈ ਨਾ ਨੁੱਕਰ ਕਰਦਾ ਸੀ ਉਹ ਮੈਂ ਚੱਕ ਲਿਆਂਦਾ ਜੀ, ਕੀ ਹੁਕਮ ਆ? ਹੁਕਮ ਕੀ ਆ, ਲੈ ਜਾਓ ਨੁੱਕਰ ਚ ਤਾਂ ਕਰ ਦਿਓ ਸੇਵਾ। ਠੀਕ ਹੈ ਜਨਾਬ। ਫੰਕਸ਼ਨ ਪਰਸੋਂ ਸ਼ਾਮ ਦਾ ਹੀ ਆ ਨਾ? ਹਾਂਜੀ ਸ਼ਾਮ ਦਾ ਪਹੁੰਚ ਜਾਂਗੇ। ਉਹ ਯਾਰੋ ਦੁੱਧ ਤਾਂ ਪੀਓ, ਦੁੱਧ ਨਾ ਕਾਹਦਾ ਰੋਸਾ। ਮੈਨੂੰ ਪਤਾ ਤੁਹਾਨੂੰ ਲੋਕਾਂ ਦੇ ਫੰਕਸ਼ਨਾਂ 'ਤੇ ਭੰਗੜਾ ਪਾਉਣਾ ਨਹੀਂ ਚੰਗਾ ਲੱਗਦਾ, ਮੈਨੂੰ ਆਪ ਨੂੰ ਨਹੀਂ ਚੰਗਾ ਲੱਗਦਾ। ਤੁਸੀਂ ਤਾਂ ਭੰਗੜੇ ਦਾ ਇੰਨਾ ਸਤਿਕਾਰ ਕਰਦੇ ਹੋ ਕਿ ਅੱਜ ਤੱਕ ਕਦੇ ਨੰਗੇ ਸਿਰ ਰਹਿਸਲ ਨਹੀਂ ਕੀਤੀ। ਤੁਸੀਂ ਖਾਂਦੇ ਪੀਂਦੇ ਘਰਾਂ ਦੇ ਕਾਕੇ ਹੋ ਯਾਰ, ਆਪਣੇ ਗੁੱਗੂ ਕੋਲ ਤਾਂ ਸੁੱਖ ਨਾਲ ਜਿੰਨ ਵੀ ਆ। ਅਤੇ ਫਿਰ ਕੋਚ ਸਾਹਿਬ ਨਾ ਕਰਾਉਣੀ ਸੀ ਨਾ? ਉਹ ਭਰਾਵਾ ਮੈਂ ਤਾਂ ਨਾ ਕਰ ਦੇਣੀ ਸੀ, ਪਰ ਜਦੋਂ ਅਗਲੇ ਮਿੰਨਤਾਂ 'ਤੇ ਉਤਰਿਆ ਹੁਣ ਫਿਰ ਬੰਦਾ ਕੀ ਕਰੇ? ਦੋ ਖੱਬੇ ਪਾਸੇ ਬੈਠੇ ਮਿੰਨਤਾਂ ਕਰਨ, ਦੋ ਸੱਜੇ ਪਾਸੇ ਬੈਠੇ ਮਿੰਨਤਾਂ ਕਰਨ, ਇੱਕ ਸਾਹਮਣੇ ਮਿੰਨਤਾਂ ਕਰੀ ਜਾਵੇ, ਮੈਂ ਫਿਰ ਨਾ ਕਰਦੀ। ਅਖੀਰ ਨੂੰ ਮਠਿਆਈ ਦਾ ਲਾਲਚ ਦਿੱਤਾ, ਹਲਵਾਈ ਫੜ ਲਿਆ ਏ, ਉਹਦੇ ਥਰੂ ਮਿੰਨਤਾਂ ਸ਼ੁਰੂ। ਕੋਚ ਸਾਹਿਬ ਕੀ ਭੋਲੀਆਂ ਗੱਲਾਂ ਕਰਦੇ, ਪੁਲਿਸ ਵਾਲੇ ਕਿੱਥੇ ਮਿੰਨਤਾਂ ਕਰਦੇ, ਮੇਰੇ ਨਾਲੋਂ ਵੱਧ ਕਿਹਨੂੰ ਪਤਾ। ਉਹ ਭਰਾਵਾ ਜੇ ਤੂੰ ਸਮਝ ਗਿਆ ਫਿਰ ਇਹਨਾਂ ਨੂੰ ਵੀ ਸਮਝਾ, ਕਦੋਂ ਸਮਝਾਏਗਾ ਜਦੋਂ ਮਿੰਨਤਾਂ ਦੇ ਨਿਸ਼ਾਨ ਪੈ ਗਏ। ਫਿਰ ਜੇ ਹੁਣ ਕੋਚ ਸਾਹਿਬ ਡਰ ਕੇ ਹਾਂ ਕਰ ਹੀ ਆਇਆ ਤੇ ਜਾ ਉਹਨੇ ਫਿਰ ਇਸੇ ਬਹਾਨੇ ਰਹਿਸਲ ਹੋ ਜੂਗੀ। ਆਓ ਜਾ ਨਾਲੇ। ਮੈਂ ਯਾਰ ਅੱਜ ਤੱਕ ਤੁਹਾਡੇ ਕੋਲੋਂ ਕਦੇ ਕੁਝ ਮੰਗਿਆ? ਕੋਚ ਸਾਹਿਬ ਮੇਰਾ 1000 ਰੁਪਈਆ। ਉਹ ਯਾਰ ਕੇ ਲੈ ਖਾ, 1000 ਰੁਪਏ ਦੀ ਪਈ ਆ ਤੁਹਾਨੂੰ। ਓ ਚਲੋ ਯਾਰ ਫੜੋ। ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਕਿੱਧਰ? ਸੋਰੀ ਸੋਰੀ,
मैं तुहानू पहचानिया नहीं। एक्चुअली जदों पुलिस सिविल वर्दी जांदी आ ना उदों तां उहनां दे घरदे नहीं उहनां नूं पहचानदे। अज तां फिर बाहर लिया मेरे सारे बच्चे आ गए जी। ते बस फिर हो जाओ शुरू। हां जी स्टेज कित्थे आ? केड़ी स्टेज? आही जिथे भंगड़ा पाउणा। स्टेज चूज किते नहीं, बस इत्थे ही गोल चक्कर जिहा बना लो। हां जी मेरा मतलब जे मुंडिया ने वर्दी चेंज करनी आ उह कित्थे करन? आ पिछे लवाइयां दे टेंट च कर लो, नाले जानदा तुहानू। ओ मुंडिया फुल फड़ ओए। हुण तां सारे असीं पहुंच गए हां जी, हुण स्वागत लई फुल्लां दी की लोड़ है? ओ फुल तुहाडे लई नहीं, फुल मेहमानां लई। नाल नाल फुल सुटणे आ ते नाल नाल भंगड़ा पाउणा। सौखा ही काम आ, कोई औखा काम नहीं आ। एक्शन सेम है, बस इत्थों फुल चकणे आ, उपर मारने आ। देखो ए ए ए ए ए ए अच्छा एसी हो? अच्छा हेलो भंगड़ा। Hi. भंगड़ा एसएसके फॉर बॉयज? यप एसएसके फॉर गर्ल्स पेंटिंग। ऑफ कोर्स मैं झूठ बोल के बस थोड़ी चढ़ी सी। पर किदा वधिया एथे इनवाइटेड? हाँ ऑफ कोर्स, और पंगड़ा पाउन थोड़ा होना सीते नाले हर बार झूठ थोड़ा बोलूंगा। ऑफ कोर्स बंदे दा दीन ईमान भी तां हुंदा। एसएसपी साहब दी बेटी मेरी फ्रेंड है ना, की नाम उहदा? ज्योति। ज्योति हाँ, असीं इकट्ठे पढ़दे रहे। पढ़दे कदा खेडदे हुंदे सी, लुकण मिटी दी बहुत शौकीन। हाँ अच्छा? कमली नूं लुकणा नहीं आउंदा, झट फट जांदी हुंदी सी। कदे कदे तू भी फड़िया जांदा होएगा ना? हाँ जदों बंदा खेडूगा तो फड़े ते जाऊगा ही। चल बाय। एक मिनट, हेलो, उस दिन तेरी टीम ने भंगड़ा तो बड़ा चंगा पाया सी, पता ही सी तुसी जितोंगे। तेरी भी पेंटिंग बहुत वधिया सी, मैनूं लगदा सी तू फर्स्ट आएगी, पर कई बार जजेस नूं नहीं समझ आउंदी। जित्ता तेनूं सब समझ आ गया। जे एनवायरमेंट नूं सेव करांगे ते तां ही प्लैनेट सेव हो सकदा। चल मैं चलदा फिर, बाय। एक मिनट। अच्छा उस दिन बस विच मैं तेरी स्केच बनाई सी, इनकम्प्लीट रह गई सी, कंप्लीट करनी सी। हाले ते टाइम नहीं मेरे को, दो एंगेजमेंट्स और भी अटेंड करनी हैं, फिर आप बाद देखते हैं जदों कितने टाइम होगा। बाय। ओए ओ तू पंगड़े वाला, ओ बाहर तेरा कोच कल्ला ही पंगड़ा पाई जांदा। गेस्ट ने? हाँ गेस्ट। असी ज्योति दे फ्रेंड्स हाँ। हाँ ओ स्केच दा दस दियो फिर जदों बनाउणा। आलमोस्ट फ्री हाँ मैम। नो थैंक्स। चंगा बाय। अगम आके ब्रेकफास्ट खा ला। सॉरी मां, जब तक मामा सारे काम नहीं छोड़दा मैं ते एकम हंगर स्ट्राइक कीती हां। तू अपनी गल कर, एकम तक कदों दा ब्रेकफास्ट खा भी गया? ओ ता मामा पांच अंदर गेम खेडन दे है। व्हाट धोखा, मैं नहीं खाऊंगा। तू ब्रेकफास्ट खाना है चपेड़ा खानी है? ब्रेकफास्ट पराठे ठीक है। चल 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 की करी जांदा चल। यस ओ देख एकम, we need to talk। आजा आजा आजा, नहीं तू उठे आ। छेती आई। तू हंगर स्ट्राइक तोड़ती? मेरे में सब पंच मंडी तो रहा, और मैं तेरे नाला। ओ शट अप यार, आज तो बात मेरी चीज़ा, तेरी चीज़ा नहीं। मेरे फ्रेंड, तेरे फ्रेंड नहीं है के? तू मेरी चीज़ा नू हाथ नहीं लाना। मेरा मामा बहुत बढ़िया बंदा है, he's a rock star। Don't talk to me, तेरा लास्ट चांस है। तू मेरे वाला के मामे वाला? मेरे परोंठे का तेल बहुत स्वाद है। ओ चलिए उन कर लिए काम। यार पर मैं तो वो देखो थे
अपनी कदी जिंदगी है यार। आ दो ला ना लीए और रहन दे यार, अगे मैं नौकरी तो निकल गया ऐसे चक्कर च, मसा मसा आ मिली यार। ये अपना नहीं लगता तेनों गोरी ना बैठा, आओ वेखिए भला। लगता किसी का घर खराब हो रहा। वही तो मेरी भैन का ही घर खराब हो रहा। पाजी See you tomorrow. Small world bro. आ गया चक्कर भाई साहब, कुछ नहीं हो रहा। उधर ताडे डैडी ने मांग मांग के रिश्ता लिया, हुण आ काम ले मेरी गल तो सुन। स्कूटर मंगया ही, बुलेट लाके देता पम्मे। ये मेरी चुप नहीं लम्मी है ये, हैं सब समझ रहे हैं मैं। आ जड़ी मैचिंग कर कर पाई ना, समझ रहे हैं मैं। चुप जीजा मेरा, मेरी भैन ही भगतनी है जड़ी अरदासा करदी रहंदी है। तुसीं घर चलो सही, मैं दसदा तुहानूं। मैं तो गाल क्यों नहीं सुनी अपने पाजी दी? डैनियल पाजी, आई एम सॉरी, ही डिड नॉट नो। की डोंट नो? बंदा घटो घट गल तो सुने समझे, जो मर्जी बोली जा रहे सी लोगों सामने। प्रीत लोकी एक सैकंड लाउंदे आ लाइव होने लई, मुड़ के लोगों ने इहदियां गल्लां ते यकीन करना सी, मेरी सुननी सी किसी ने? पम्मे सूजी तेरे पाजी दी बिजनेस पार्टनर आ। ओ पैने केड़ा बिजनेस है जड़ा गल अग लग के हुंदा? ले दस आ केड़ी इहनां दी लाटरी निकली सी जड़ा इन्नियां खुशियां मना रहे? लोकां दे बिजनेस फैलदे साडा जीजा ही फैली जांदा। पम्मे इज ही क्रेजी, व्हाई इज ही बिहेविंग लाइक दिस? ओ भरावा तू ते मेरे वल दी गल कर ला, ओ तेरी जनानी नूं जफियां पाई फिरदा, तू मैनूं कही जाना। व्हाट इज ही सेइंग? डैनियल पाजी, ही इज सेइंग आई एम सॉरी। या इट्स ओके, लेट्स गो, लेट्स लीव। ओ भैने मैनू लगा के मैनू दसन दी लोड़ नहीं, चल मैं कम ते जाना फिर। फोन आया सी उन्हां दा, उन्हां ने भी कटता तेनू। मैं आना फिर। ओ प्रधान ਕਿੱਧਰ ਨੂੰ? ਕਦੇ ਇੱਧਰ ਤਾਂ ਨਹੀਂ ਵੋਡਕਾ ਪਾ ਲਈ? ਨਹੀਂ ਆਈਸਕ੍ਰੀਮ ਆ, ਮੋਗੀ ਹੀ ਇਕੱਲੀ ਕੌਣ ਰਹਿ ਗਈ। ਚੱਲ ਹੋਰ ਸੁਣਾ, ਕੀ ਹਾਲ ਚਾਲ ਹੈ? ਬਸ ਠੀਕ ਹੀ ਆ। ਠੀਕ ਹੀ ਕਿਉਂ? ਕੁਝ ਨਹੀਂ, ਬਗਾਨਾ ਮੁਲਕਾ ਜੀ ਕਿੱਥੇ ਲੱਗਦਾ, ਨਾ ਆਪਣੇ ਲੋਕੀ, ਨਾ ਆਪਣੀ ਬੋਲੀ, ਨਾ ਆਪਣਾ ਖਾਣਾ ਪੀਣਾ। ਨਹੀਂ ਵੈਸੇ ਐਡੀ ਵੀ ਨਹੀਂ ਗੱਲ, ਆਪਣੀ ਬੋਲੀ ਵਾਲੇ ਬਥੇਰੇ ਆ ਇੱਥੇ। ਚੱਲ ਹੋਰ ਸੁਣਾ, ਕੀ ਕਰਨ ਡਿਆ? ਕੁਝ ਨਹੀਂ, ਐਵੇਂ ਵਿਹਲਾ ਘੁੰਮਣ ਡਿਆ। ਮੈਂ ਸ਼ੋਪਿੰਗ ਕਰਨ ਡਈ ਹਾਂ, ਅੱਜ ਤੈਨੂੰ ਸ਼ੋਪਿੰਗ ਕਰਾ ਦਈਏ? ਨਾ, ਸਾਡੇ ਕੋਲ ਪੈਸੇ ਕਿੱਥੇ, ਸਾਡੀ ਤੇ ਹਲੇ ਨੌਕਰੀ ਨਹੀਂ ਪੱਕੀ ਹੋਈ ਤੇ। ਵੈਸੇ ਕਿਸੇ ਨੂੰ ਕਰਾਉਣ ਜੋਗੇ ਤਾਂ ਸਾਡੇ ਕੋਲ ਵੀ ਨਹੀਂ ਹੈਗੇ, ਸਾਡੀ ਵੀ ਨਵੀਂ ਨਵੀਂ ਨੌਕਰੀ ਲੱਗੀ ਹੈ ਸਕੂਲੇ। ਅੱਛਾ, ਤੂੰ ਪੱਕੀ? ਹਾਂ, ਮੈਂ ਆਪਣੇ ਭੈਣ ਤੇ ਪਾਜ ਦੇ ਘਰੇ ਰਹਿੰਦੀ ਹਾਂ, ਉਹਨਾਂ ਨੂੰ ਉਡੀਕਦੀ ਸੀ। ਫਿਰ ਤੇ ਪੱਕੀ ਹੋਈ ਗਈ ਪੂਰੀ। ਚੱਲ ਤੂੰ ਤੇ ਕਾਰ ਤੇ ਜਾਣਾ ਤੇ ਸਾਡੀ ਬੱਸ ਨਾ ਨਿਕਲ ਜੇ। ਚਲੋ ਫਿਰ ਨਿਕਲੋ ਲੋਏ ਲੋਏ। ਠੀਕ ਹੈ ਬਾਏ। ਪੰਮਿਆ 15 ਮਿੰਟ ਛੋਟ ਜੀ ਮੇਰਾ ਵੀਰ। ਬਾਬਾ ਜੀ, ਮੇਰੇ ਭਰਾ ਦਾ ਕੰਮ ਤੇ ਪਹਿਲਾ ਦਿਨ ਹੈ, ਕਿਸੇ ਦੀ ਨਜ਼ਰ ਨਾ ਲੱਗੇ। ਮਾਮ, ਮਾਮੇ ਦਾ ਚੌਥਾ ਕੰਮ ਹੈ ਅੱਜ 20 ਦਿਨਾਂ ਵਿੱਚ, ਅੱਜ ਮੇਰਾ ਆਡੀਸ਼ਨ ਹੈ, ਥੋੜਾ ਮੇਰੇ ਬਾਰੇ ਵੀ ਕਹਿ ਦੋ। ਹਾਂ ਹਾਂ ਰੱਬ ਤੈਨੂੰ ਵੀ ਚੰਗੇ ਨੰਬਰਾਂ ਨਾਲ ਪਾਸ ਕਰੇ, ਚਲੋ ਚੱਲੀਏ। ਮੈਂ ਆਡੀਸ਼ਨ ਦਾ ਕਿਹਾ ਸੀ, ਕਰ ਤਾਂ ਨਾ ਬਾਬਾ ਜੀ ਨੂੰ ਕਨਫਿਊਜ਼। ਮੇਰਾ ਨਾਂ ਵੀ ਨਹੀਂ ਆਇਆ। ਪਰ ਕਰਨ ਦਾ ਚੜਾਉਣਾ ਤਾਂ ਨਹੀਂ ਹੈ ਸਾਨੂੰ? ਮੇਰਾ ਨਾਂ ਹੀ ਬਹੁਤ ਆ ਤੁਹਾਨੂੰ ਚੜਾਉਣ ਲਈ, ਭਾਵੇਂ ਮੇਰਾ ਨਾਮ ਲਿਸਟ ਵਿੱਚ ਹੋਵੇ ਜਾਂ ਨਾ। ਪਰ ਤੇਰਾ ਨਾਂ ਵੀ ਨਹੀਂ ਹੈਗਾ। ਨਹੀਂ, ਮੇਰਾ ਕੀ ਗਿਆ, ਮੇਰੀ ਮੰਮੀ ਨੇ ਪ੍ਰੇ ਕੀਤੀ ਸੀ ਕਿ ਮੇਰਾ ਨਾਮ ਲਿਸਟ ਵਿੱਚ ਹੋਵੇ। ਮੈਂ ਤਾਂ ਇਹ ਸੋਚ ਰਿਹਾ ਕਿ ਰੱਬ ਜੀ ਮੈਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੇ। ਹਟੋਏ ਕਿਵੇਂ ਜੁੜ ਕੇ ਖੜੇ ਹੋ? Why is he so rude? ਇਹਨੂੰ ਕੀ ਪਤਾ ਆਪਣੇ ਰੱਬ ਜੀ ਬਾਰੇ ਕਿ ਉਹ ਹਿਪ ਹੌਪ ਜਾਣਦੇ ਹੈ ਕਿ ਨਹੀਂ।
जे पंगड़े दी गल होंदी फिर तां ब्लेम कर सकदा सी। अब पंगड़े वास्ते क्यों नहीं ट्राई कर लेंदे? वैसे पंगड़ा तां पंजाबी दा फोक डांस आ, पर अत किसी ने स्कूल च कोई पंगड़ा कोच ही है नहीं, ताई तां पंगड़ा ऑडिशन नहीं कीता। आई गॉट एन आइडिया। Hey guys, what's up? Grace, ਅਸੀਂ ਸੋਚ ਰਹੇ ਸੀ ਦੇਸ ਕੋਚ ਕੋਈ ਭੰਗੜਾ ਕੋਚ ਅਰੇਂਜ ਹੋ ਜੇ। ਕਾਫੀ ਸਟੂਡੈਂਟ ਆ ਜਿਨ੍ਹਾਂ ਨੂੰ ਭੰਗੜਾ ਸਿੱਖਣ ਦਾ ਸ਼ੌਂਕ ਆ। ਹੈਲੋ, ਪਮਾ ਇੱਥੇ ਰਹਿੰਦਾ ਆ ਜੀ? ਮੰਮੀ, ਮਮਾ ਨੂੰ ਕੁੜੀ ਮਿਲਣ ਆਈ ਆ। ਕੁੜੀ ਪੰਮੇ ਨੂੰ? ਪੰਮੇ, ਤੂੰ ਮੈਨੂੰ ਦੱਸਿਆ ਨੀ ਕੀ ਉਹ ਮਿਲਣ ਆਈ ਆ ਤੈਨੂੰ? ਕੌਣ? ਕੀ ਬਣ ਕੇ ਰਹਿਣਾ ਪੰਮੇ, ਤਿਆਰ ਹੋ ਕੇ ਰਿਹਾ ਕਰ, ਆ ਜਾ ਛੇਤੀ ਹੁਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਪੰਮੇ ਨੂੰ ਮਿਲਣਾ ਸੀ। ਆ ਉਹਨਾਂ ਦੇ ਘਰ ਆ? ਹਾਂਜੀ ਹਾਂਜੀ, ਆ ਜਾਓ ਆ ਜਾਓ। ਆਓ ਜੀ ਆਓ, ਬੈਠੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੌਰੀ ਜੀ, ਮੈਂ ਬਿਨਾਂ ਦੱਸੇ ਆ ਗਈ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਉਹ ਭੈਣ, ਉਦਣ ਮੈਂ ਗਿਆ ਸੀ ਨਾ ਏਕਮ ਦੇ ਨਾਲ ਪਾਰਟੀ 'ਤੇ ਕੁੜੀ ਦੀ, ਉੱਥੇ ਮਿਲੇ ਸੀ। ਅੱਛਾ ਅੱਛਾ ਜੀ, ਇਹ ਤਾਂ ਭੰਗੜਾ ਹੀ ਬਹੁਤ ਵਧੀਆ ਪਾਉਂਦੇ ਆ, ਵੈਰੀ ਇੰਪ੍ਰੈਸਿਵ। ਭੰਗੜਾ? ਇਹ ਤਾਂ ਜੀ ਆਪਣੇ ਕਾਲਜ ਦੀ ਭੰਗੜਾ ਟੀਮ ਦਾ ਕੈਪਟਨ ਸੀ। ਬੜੇ ਕੱਪ ਜਿੱਤੇ ਨੇ ਇਹਨੇ, ਬੜੀਆਂ ਟਰੋਫੀਆਂ ਜਿੱਤੀਆਂ ਨੇ। ਪੰਮੇ, ਪੰਮੇ ਉਹ ਕਿਹੜੀ ਬੋਲੀ ਸੀ ਜਿਹੜੀ ਤੂੰ ਕਿਸ਼ੋਰ ਲਾਲ ਜੀ ਦੇ ਮੁੰਡੇ ਦੇ ਵਿਆਹ 'ਤੇ ਪਾ ਕੇ ਨੱਚਿਆ ਸੀਗਾ? ਪ੍ਰੀਤ, ਵੈਸੇ ਸਾਡੇ ਸਕੂਲ 'ਚ ਨਾ ਇੱਕ ਭੰਗੜਾ ਕੋਚ ਦੀ ਜ਼ਰੂਰਤ ਸੀ, ਅਤੇ ਜੇ ਤੁਸੀਂ ਵਾਲੰਟੀਅਰ ਕਰ ਦਿੰਦੇ ਤਾਂ। ਉਹ ਤਾਂ ਉਦਣ ਜੀ ਐਵੇਂ ਖਾਧੀ ਪੀਤੀ 'ਚ ਪਾ ਬੈਠਾ ਐਵੇਂ, ਕੋਚਿੰਗ ਦਾ ਕੰਮ ਥੋੜ੍ਹਾ ਔਖਾ, ਕੋਈ ਵਧੀਆ ਬੰਦਾ ਲੱਭ ਲਓ ਤੁਸੀਂ। ਇੱਕ ਵਾਰੀ ਸੋਚ ਲਿਓ ਜ਼ਰੂਰ। ਨਹੀਂ, ਕੋਚਿੰਗ ਵਾਲਾ ਕੰਮ ਥੋੜ੍ਹਾ ਔਖਾ, ਕੋਈ ਹੋਰ ਨੌਕਰੀ ਹੋਈ ਤਾਂ ਦੱਸਿਓ, ਥੋੜ੍ਹੀ ਲੋੜ ਸੀ ਮੈਨੂੰ। ਕੁੜੀ ਵੀ ਲੱਭ ਰਿਹਾ ਜੀ ਅਸੀਂ ਇਹਦੇ ਵਾਸਤੇ, ਨੌਕਰੀ ਹੈ ਤੇ ਤੇਰੇ ਕੋਲ ਪੰਮੇ ਆਇਆ ਵੀ ਮਾਰ ਦੇ, ਨਾਲੇ ਚੰਗਾ ਭਲਾ ਘਰ ਵੀ ਹੈਗਾ ਆ। ਹਾਂਜੀ ਹਾਂਜੀ ਹੈਗਾ। ਚਲੋ ਚੰਗਾ ਜੀ, ਮੈਂ ਚੱਲਦੀ ਹਾਂ, ਅਤੇ ਤੁਸੀਂ ਇੱਕ ਵਾਰੀ ਸੋਚ ਲਿਓ ਜ਼ਰੂਰ, ਠੀਕ ਹੈ? ਸਤਿ ਸ਼੍ਰੀ ਅਕਾਲ ਜੀ। ਚਾਹ ਚੂਹ ਪੁੱਛ ਇਹਨਾਂ ਨੂੰ। ਨਹੀਂ ਜੀ ਬਸ। ਚਲੋ ਆਇਓ ਫਿਰ ਤੁਸੀਂ ਸਾਡੇ ਘਰ, ਅਸੀਂ ਵੀ ਆਵਾਂਗੇ ਜੀ। ਮੈਂ ਸੋਚਦਾ ਸੀ ਵੈਸੇ ਵੀ ਕਰੇ ਮਾਮਾ ਵਿਹਲਾ ਹੀ ਆ, ਅਤੇ ਕਹਿ ਦਿਓ ਉਹਨੂੰ ਮੈਨੂੰ ਭੰਗੜਾ ਸਿਖਾ ਦਿਆ ਕਰੇ। ਤੂੰ ਆਪੇ ਕਹਿ ਲੈ, ਨਾਲੇ ਤੂੰ ਤਾਂ ਮਾਮੇ ਦਾ ਕਮਰਾ ਖਾਲੀ ਕਰਵਾਉਣਾ ਫਿਰਦਾ ਸੀ। ਮਾਂ ਦੀ ਪੂਜਾ, ਚੰਨ ਦੀ ਪੂਜਾ। ਸਤਿ ਸ਼੍ਰੀ ਅਕਾਲ ਮਾਮਾ ਜੀ। ਓਹੀ ਪਾਪਾ, ਆਗਣਾ ਕਿੱਦਾਂ ਪਤਾ ਤੈਨੂੰ? ਓਏ, ਉਹ ਜਨਰੇਸ਼ਨ ਨਵੀਂ ਆ, ਹੁਣ ਤਾਂ ਪੁਰਾਣੀ ਆ, ਮਾਮ ਸੁਣਦੇ ਹੁੰਦੇ ਸੀ। ਤੇ ਫਿਰ ਨਵੀਂ ਜਨਰੇਸ਼ਨ ਰੱਬ ਦਾ ਰੂਪ ਹੁੰਦਾ, ਚੰਨ ਦਾ ਨਹੀਂ? ਚੰਨ ਮਾਮਾ ਹੁੰਦਾ, ਮਾਮਾ ਵੀ ਮਾਂ ਦਾ ਦੂਜਾ ਰੂਪ ਹੁੰਦਾ, ਚੰਦ ਆ ਮਾਂ ਦਾ ਰੂਪ ਆ ਦੂਜਾ। ਨਾਲੇ ਮੈਂ ਦੱਸਣ ਆਇਆ ਸੀ, ਹੁਣ ਕਮਰਾ ਤੁਹਾਡਾ ਹੀ ਆ, ਚਲੋ ਚੁੱਲ ਮਾਰਿਓ, ਵੀਡੀਓ ਗੇਮਾਂ ਖੇਡਿਓ, ਤੇ ਭੰਗੜੇ ਦੀ ਕੋਚਿੰਗ ਬਾਰੇ ਸੋਚ ਲਿਓ, ਤੇ ਜੇ ਕਿਸੇ ਚੀਜ਼ ਦੀ ਲੋੜ ਹੋਈ ਸਾਨੂੰ ਦੱਸ ਦਿਓ। ਹਾਂ, ਜਾਂਦਾ ਦਰਵਾਜ਼ਾ ਬੰਦ ਕਰ ਦੀ। ਮਾਂ ਹੀ ਰੱਬ ਦਾ ਰੂਪ ਹੈ ਦੂਜਾ, ਮਾਂ ਦੀ ਪੂਜਾ। ਓ ਯਾਰ ਯਾਰ, ਆ ਤਾਂ ਉਹ ਨਹੀਂ ਹੁੰਦੀ ਤੇ ਮੈਂ ਪਿੰਡੋਂ ਆਇਆ। ਨਹੀਂ ਨਹੀਂ, ਉਹਦੀ ਖੱਟੀ ਪੂਛੀ। ਇਹ ਵੀ ਵਿਹਲੇ ਹੀ ਆ, ਇਹ ਖੋਰ ਹੋ ਗਿਆ। Brought you some chocolates and flowers. Can you please coach Agum's Bhangra team? Mm-hmm.
this. I was supposed to buy a video game. Your uncle is mean. हाँ भी एकम पुत्रा की हाल है प्रीत इनू की होया किते चलिया सी पम्मे हाँ मैं क्या करे वेला बैठा है मैं सत्य नु मिला हूं तेनु पता जदों तू जम्मिया सी ना मैं चौथी च हुंदी सी मैं पिंड च सारा दिन तेनु कुछड़ चुके घूमदे रहना दस दे हुंदे डैडी ताईं चौथी दे पेपरां च रह गई बढ़िया गालां खादियां डैडी तों मैं घट खादी पिंड च जाके घूमदे रहना ना किसे नु वेखण देना ना किसे नु चुकण देना ਵੀ ਐਵੇਂ ਮੇਰੇ ਥੰਬੇ ਨੂੰ ਨਜ਼ਰ ਲੱਗ ਜੂਗੀ ਸੋਹਣਾ ਕਿਹੜਾ ਘੱਟ ਹੁੰਦਾ ਸੀ ਤੇ ਫਿਰ ਜਦੋਂ ਅਗਮ ਹੋਇਆ ਤਾਂ ਉਹੀ ਦਿਨ ਫਿਰ ਵਾਪਸ ਆ ਗਏ ਚੁੱਕ ਕੇ ਘੁੰਮਦੇ ਰਹਿਣਾ ਕਿਸੇ ਨੂੰ ਵੇਖਣ ਨਾ ਦੇਣਾ ਮਾਵਾਂ ਤੇ ਭੈਣਾਂ ਦਾ ਪਿਆਰ ਇੱਕੋ ਜਿਹਾ ਹੁੰਦਾ ਪੰਮੇ ਭੰਗੜਾ ਸਿੱਖਣਾ ਹਾਂਜੀ ਫਿਰ ਪਹਿਲਾਂ ਆਪਣਾ ਖੜੇ ਹੁੰਦਾ ਤਰੀਕਾ ਠੀਕ ਕਰ ਏਦਾਂ ਉਦਾਂ ਖੜਾ ਹੋ ਜਿਵੇਂ ਖਾਲਸਾ ਕਾਲਜ ਵਾਲੇ ਖੜੇ ਹੁੰਦੇ ਤੇਰੇ ਕਰਕੇ ਆਇਆ ਮੇਰਾ ਮਤਲਬ ਭੰਗੜੇ ਕਰਕੇ ਆਇਆ ਭੰਗੜਾ ਤਾਂ ਦੀ ਜਾਨ ਹੈ ਅੱਛਾ ਜੀ ਉਦਣ ਤਾਂ ਜਾਨ ਕਰਕੇ ਆਏ ਦੀ ਚਲੋ ਚਲਦੇ ਹਾਂ ਚੰਗਾ ਹੁਣ ਰੋਟੀ ਰਾਟੀ ਦਾ ਧਿਆਨ ਰੱਖੀ ਇਹਦਾ ਕੋਈ ਨਾ ਜੀ ਮੋਟਾ ਕਰਕੇ ਤੋਰਾਂਗੇ ਮੈਂ ਨਾਨ ਗਿਆ Good morning, kids. I want to introduce all of you guys to our new Bhangra coach. Sat Sri Akaal. Mera mama hi ho. Je tera mama hai, phir ta Bhangra sikhata hai inne. Karan, vaise ye thoda ja patmeez ya. Je tusi chaho to aap inu kat vi sakde ha. Main lagda rakhde ha le. Kai vari patmeez bande dil de theek vi hunde. It's okay. Sade coach saab kehnde hunde hi ke Bhangre to pehla ik te tusi nange sir stage te nahi aana te dooja ਨਸ਼ੇ ਕਰਨ ਵਾਲੇ ਬੰਦੇ ਦੇ ਲਾਗੇ ਵੀ ਨਹੀਂ ਬਹਿਣਾ ਸਾਡੇ ਕੋਚ ਸਾਹਿਬ ਵੀ ਇਸੀ ਤਰ੍ਹਾਂ ਕਹਿੰਦੇ ਹੁੰਦੇ ਸੀ ਕੌਣ ਹੈ ਤੇਰੇ ਕੋਚ ਮੁਲਤਾਨ ਚੁੰਮਰ ਸਿਖਾਉਂਦੇ ਸੀ ਪਿਛਲੇ ਸਾਲ ਅਸੀਂ ਕੈਨੇਡਾ ਆ ਗਏ ਕੀ ਨਾਂ ਤੇਰਾ ਅਮੀਰ ਸੰਧੂ ਚੱਲ ਚੁੰਮਰ ਪਾ ਕੇ ਵਿਖਾ
ਕਿਦਾਂ? ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ। ਓ ਆਪਾਂ ਨੀ ਤੇ ਰੋਟੀ ਖਾਣੀ, ਚੱਲ ਇੱਕ ਮੁੱਠ। ਕਲਾਸਾਂ ਕਲੂਸਾਂ ਲਾਓ, ਕੀ ਤੁਸੀਂ ਕਾਲਜ ਦਾ ਮਾਹੌਲ ਖਰਾਬ ਕੀਤਾ? ਆਹ ਪੰਮੇ ਦੇ ਖਾਤੇ 'ਚ ਸਮੋਸੇ ਪਾ ਦਿਓ। ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲੇ ਨੂੰ, ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲੇ ਨੂੰ, ਦਿਲ ਇਹ ਕਹਿੰਦਾ ਅੜੀਏ ਅੱਖਾਂ ਨਹੀਂ ਉਹ ਖੋਲਣੀਆਂ, ਤੇਰਾ ਸੁਰਖ ਦੁਪੱਟਾ ਸੁੰਬਰੇ ਰੂਹ ਦੇ ਵੇੜੇ ਨੀ, ਸਿੱਖ ਗਏ ਬੁੱਲ ਤੇਰੇ ਅਣਕਈਆਂ ਗੱਲਾਂ ਬੋਲਣੀਆਂ, ਰੱਬ ਦੀਆਂ ਫਸਲਾਂ ਤੇ ਰੁਖਸਾਰ ਤੇਰਾ ਜੇ ਦਿਸਦਾ ਏ, ਗੁੰਜਲਾਂ ਇਸ਼ਕ ਦੀਆਂ ਮੈਂ ਤੇਰੇ ਨਾਲ ਫਰੋਲਣੀਆਂ, ਲੋਡੇ ਵੇਲੇ ਹੋਵੇ ਦੀਵਾ ਬਾਰੀ ਜਗਦਾਨੀ, ਤੇਰੇ ਹੱਥ ਮੈਂ ਲੀਕਾਂ ਆਪਣੇ ਨਾਂ ਦੀਆਂ ਟੋਲਣੀਆਂ, ਤੇਰੇ ਹੱਥ ਮੈਂ ਲੀਕਾਂ ਆਪਣੇ ਨਾਂ ਦੀਆਂ ਟੋਲਣੀਆਂ, ਮੇਰੀ ਸੂਹੀ ਪਗੜੀ ਤੇਰਾ ਰੰਗੜਾ ਚੂੜਾਨੀ, ਮੈਨੂੰ ਫਿੱਕੜੇ ਨੂੰ ਰੰਗ ਇਸ਼ਕ ਦਾ ਚੜਿਆ ਗੂੜਾਨੀ। ਇਹਨੂੰ ਕੀ ਹੋ ਗਿਆ, ਇਹਨੇ ਕਿਹੋ ਜਿਹੇ ਗਾਣੇ ਲਾਏ ਅੱਜ? ਮੈਨੂੰ ਲੱਗਦਾ ਸ਼ਕਤੀਮਾਨ ਵੇਖਣ ਦੀ ਉਮਰ ਗਈ ਹੈ ਦੀ, ਹੁਣ ਇਹ ਹੁਣ ਖੁਦ ਸ਼ਕਤੀਮਾਨ ਲੱਗਦਾ, ਪਿਆਰ ਹੋ ਗਿਆ ਵਿਚਾਰੇ ਨੂੰ। ਇਹਨੂੰ ਤੇ ਮੰਨਿਆ ਚਵਲ ਨੂੰ ਹੋ ਗਿਆ ਹੋਊ, ਪਰ ਇਹਦੇ ਨਾਲ ਕਿਹਨੂੰ ਹੋ ਗਿਆ? ਉਹ ਬਾਪੂ ਪਿਆਰ ਤੇ ਪਿੱਪਲ ਉਹ ਜੰਗਲੀ ਬੂਟੇ ਹੁੰਦੇ ਨਾ ਜਿਹੜੇ ਕਿਸੇ ਵੀ ਬੰਜਰ ਜ਼ਮੀਨ ਤੇ ਆਪਣੀਆਂ ਜੜ੍ਹਾਂ ਲਾ ਲੈਂਦੇ। ਇਹ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ ਨਾ ਪਿੱਪਲ ਦੀਆਂ, ਪਿਆਰ ਦੀਆਂ, ਇਹ ਪੱਟੀਆਂ ਵੀ ਜਾਂਦੀਆਂ ਹੁੰਦੀਆਂ ਨੇ। ਤੇ ਜੇ ਇਹ ਜੜ੍ਹਾਂ ਡੂੰਘੀਆਂ ਲੱਗ ਜਾਣ ਫੇਰ? ਤੇਰੇ ਮੱਥੇ ਉੱਤੇ ਚੰਨ ਦੀਆਂ ਰਿਸ਼ਮਾਂ ਖੋਲਣੀਆਂ, ਤੇਰੇ ਮੱਥੇ ਉੱਤੇ ਚੰਨ ਦੀਆਂ ਰਿਸ਼ਮਾਂ ਖੋਲਣੀਆਂ। ਕੌਣ ਸੀ ਉਹ ਮੁੰਡਾ? ਪੰਮਾ। ਪੰਮਾ ਕੌਣ? ਪੰਮਾ ਢਿੱਲੋਂ। ਪੰਮਾ ਢਿੱਲੋਂ ਕੌਣ? ਪੰਮਾ ਢਿੱਲੋਂ ਫਰੈਂਡ। ਫਰੈਂਡ? ਫਰੈਂਡ ਨਿਕਲਿਆ, ਆ ਬੈਠ, ਤੇਰੇ ਚੱਕਰ 'ਚ ਚਾਹ ਠੰਡੀ ਹੋ ਜਾਣੀ ਸੀ। ਤੁਹਾਨੂੰ ਪਤਾ ਫਰੈਂਡ ਹੁੰਦਾ ਕੌਣ ਹੈ? ਫਰੈਂਡ ਮੀਨਸ ਫਰੈਂਡ।
मैं तेरी दुश्मन नहीं हाँ, तेरा भला चाहनी हाँ। ओ साढ़े लेवल दे लोग नहीं है। की दिए मजाल जेड़ा सानू डक ले, की दिए मजाल जेड़ा सानू डक ले। ओ भरावा तोरा पिछे नू होके बैठ, जेड़े हिसाब नाल एक एक इंच मूरे नू खिसकी जाना मनू स्कूटर खड़ के चलाना पैना। ओ को सब किन्नी रके मरुती ले लो, आ नहीं तो स्कूटर खुला करा लो। ए बस खुलन वाला ही आए भी। हाय की दिए मजाल शेरा नू जो डक ले, की दिए मजाल, हाय की दिए मजाल शेरा नू जो डक ले। ए का हाथ दे इंडिया भी, अस तो पहले तन्ने बैठे, तन्नू कित्थों बिठा लिए। ओ रुको रुको, आ लियो आ लियो आ लियो। ओ कंकड़े शेर इधर लाओ इनू, रुको इत्थे। ट्रिपल राइडिंग ओए चलान कटाओ। लगता तुसी फिर अजे मैनू चंगी तरह पछाणिया नहीं। नहीं कौन है तू? सच्ची नहीं पछाणे यार, मैं अपने बारे दसदा चंगा लगदा, मेरे बारे तुसी दसो। ये साडे को साहब ने जी, भंगड़े दी आन बान शान सरदार प्रीतम सिंह पंडोरी। आन बान शान तां तुहाडी दिंदी आ मैनू, सिद्धा कोई नहीं कहिंदा नचारो। भाई साहब तुसी भंगड़े बारे अब अदब नाल नहीं गल कर रहे। अदब नू तेरा हुण मैं इस तरह करके चलान कट्टा। आरसी कड्डो। लगदा पोजीशन खराब हो रही है। वैसे ऐसी गल नहीं, आ पुलिस दे विच साडी भी बथेरी जान पछाण, साडे भंगड़े दी टीम दा इक मैंबर आ, ओदे भी फादर साहब पुलिस च ही ने। इहो जिहा कड़ा बगैरत पुलिस वाला होए जिन्ने अपना मुंडा भंगड़े च पाया होया? बगैरत प्यो दा नां तां पता नहीं जी, मुंडे दा नां पम्मा। पम्मा? हाँ जी। पूरा नां? सरदार परविंदर सिंह पम्मा जी। कड़ा कॉलेज है? खालसा कॉलेज। क्लास? बीएससी फाइनल ईयर। मतलब पम्मा भंगड़ा पाउंदा? ਪੰਮਾ ਪੜ੍ਹਦਾ ਨਹੀਂ? ਪੜ੍ਹਨ ਦੀ ਕੀ ਲੋੜ ਆ ਜੀ ਜਦੋਂ ਕੋਚ ਸਾਹਿਬ ਖੜੇ ਆ। ਕੋਚ ਸਾਹਿਬ ਖੜੇ ਆ ਉਹਨਾਂ ਦੇ ਲੈਕਚਰ ਪੂਰੇ ਕਰਾਉਣ ਨੂੰ, ਕੋਚ ਸਾਹਿਬ ਖੜੇ ਆ ਉਹਨਾਂ ਨੂੰ ਪਾਸ ਕਰਾਉਣ ਨੂੰ। ਮੈਂ ਉਹਨਾਂ ਨੂੰ ਕਿਹਾ ਤੁਸੀਂ ਪੜ੍ਹਾਈ ਦੀ ਚਿੰਤਾ ਨਾ ਕਰੋ, ਤੁਸੀਂ ਸਿਰਫ ਲੁੱਡੀਆਂ ਪਾਓ। ਅੱਛਾ ਸੋਹਣੀ ਲੁੱਡੀ ਪਾਉਂਦਾ ਪੰਮਾ? ਸੋਹਣੀ ਜੀ ਸੋਹਣੀ। ਆ ਜਿਹਨਾਂ ਨੂੰ ਤੁਸੀਂ ਨਚਾਰ ਦੱਸਦੇ ਹੋ ਨਾ, ਉਹ ਨਚਾਰਾਂ ਦਾ ਕਪਤਾਨ ਆ, ਕਪਤਾਨ। ਉਹ ਬਲਵਿੰਦਰ ਹਾਂਜੀ, ਇਹਨਾਂ ਨੇ ਰਿਸ਼ਤੇਦਾਰੀ ਕੱਢ ਲਈ ਐ ਕਰ, ਜਿੰਨੀਆਂ ਵੀ ਧਾਰਾਂ ਪੈਂਦੀਆਂ ਪਾ ਕੇ ਇਹਨਾਂ ਦਾ ਚਲਾਨ ਕੱਟ। ਹਾਂਜੀ ਹਾਂਜੀ। ਇਹ ਕਿਹੋ ਜਿਹਾ ਗਾਣਾ ਲਾਇਆ? ਹਾਏ ਬਾਪੂ, ਇੰਨੀ ਸੱਟ ਹੈ ਨਹੀਂ ਜਿਨ੍ਹਾਂ ਤੋਂ ਰੌਲਾ ਪਾਇਆ। ਜਿਹੜੀ ਸੱਟ ਦਾ ਰੌਲਾ ਪਾਇਆ ਨਾ, ਉਹ ਵਿਖਾ ਨਹੀਂ ਸਕਦਾ, ਬਹੁਤ ਦੂਰ ਦੁਰਾਡੇ ਲੱਗੀ। ਤਾਂ ਤੂੰ ਭੰਗੜਾ ਨਹੀਂ ਪਾ ਰਿਹਾ? ਭੰਗੜਾ ਨਹੀਂ ਛੱਡ ਸਕਦਾ ਮੈਂ, ਉਹ ਤਾਂ ਮੈਂ ਡੈਡ ਨੂੰ ਇਹ ਪ੍ਰੋਮਿਸ ਕੀਤਾ ਕਿ ਮੈਂ ਕਲਾਸ ਵਿੱਚੋਂ ਫਸਟ ਆਊਂਗਾ ਅਤੇ ਭੰਗੜੇ ਵਿੱਚੋਂ ਵੀ। ਥੋੜ੍ਹਾ ਜ਼ਿਆਦਾ ਨਹੀਂ ਬੋਲ ਰਿਹਾ ਤੂੰ? ਹਾਲੇ ਤਾਂ ਮੈਂ ਤੈਨੂੰ ਇਹ ਦੱਸਣ ਆਈ ਸੀ ਕਿ ਮੇਰੇ ਘਰ ਆਪਣੇ ਬਾਰੇ ਪਤਾ ਲੱਗ ਗਿਆ। ਹੈਂ? ਤੇ ਤੇਰੇ ਵੀ ਪਈਆਂ? ਮੇਰੇ ਤੇ ਮਮ ਡੈਡ ਵਿੱਚ ਬੜੀ ਅੰਡਰਸਟੈਂਡਿੰਗ ਹੈ, ਆਪਸ ਵਿੱਚ ਕੋਈ ਵੀ ਗੱਲ ਕਰ ਸਕਦੇ ਹੋ। ਅੱਛਾ, ਸਾਡੇ ਤੇ ਨਹੀਂ ਇੱਦਾਂ। ਮੇਰੇ ਚਾਚੇ ਦੀ ਕੁੜੀ ਨਾ ਬੌਬੀ ਫਿਲਮ ਵੇਂਦੀ ਫੜੀ ਗਈ, ਅਗਲੇ ਦਿਨ ਵਿਆਹ 'ਤੇ ਸੀ, ਜਿਹੜੀਆਂ ਮੋਹਰਾਂ ਸੇਕੀਆਂ ਵੱਖਰੀਆਂ, ਹੁਣ ਸੁਖੀ ਵੱਸਦੀ ਹੈ। ਸਾਡੇ ਨਹੀਂ ਇੱਦਾਂ ਹੁੰਦਾ, ਸਾਡੇ ਘਰ ਵਾਲੇ ਸਮਝਦਾਰ ਹੈ, ਬਸ ਮੰਮਾ ਕਹਿੰਦੀ ਹੈ ਥੋੜ੍ਹਾ ਲੈਵਲ ਦਾ ਫਰਕ ਹੈ। ਅੱਛਾ, ਫਿਰ ਆਪਣੇ ਮੰਮਾ ਨੂੰ ਕਹਿ ਦੀ ਕਿ ਉਹਨਾਂ ਕਰਕੇ ਮੈਂ ਆਪਣਾ ਲੈਵਲ ਤਾਂ ਨਹੀਂ ਡਾਊਨ ਕਰ ਸਕਦਾ। ਉਹ ਕੁੜੀਏ, ਜਾਣਦੇ ਮੁੰਡੇ ਨੂੰ, ਕੱਲ੍ਹ ਤੁਹਾਡੇ ਕਾਲਜ ਹੀ ਆਉਣਾ। ਉਹ ਪੰਮਿਆਂ ਚੱਲੀਏ ਫਿਰ? ਹਾਂ ਹਾਂ ਚੱਲੋ ਚੱਲੋ। ਯਾਰ ਨੇ ਗਲੀ ਦੇ ਵਿੱਚ ਆਉਣਾ ਕੁੜੀਓ, ਯਾਰ ਨੇ ਹੋਏ ਹੋਏ, ਯਾਰ ਨੇ ਗਲੀ ਦੇ ਵਿੱਚ ਆਉਣਾ ਨੀ ਕੁੜੀਓ ਰਾਜਾ। ਤੂੰ ਬੜੇ ਖੁਸ਼ ਹੈ? ਕੁਛ ਕਸ਼ ਕੋਈ ਨਹੀਂ ਹੈ, ਮੇਰਾ ਖਰਚਾ ਕਰਾਉਣਾ ਹੈ ਨਾ, ਪਾਰਟੀ ਮੰਗਣੀ ਬਾਅਦ ਚ। ਸੱਚ, ਕੱਲ ਨੂੰ ਸਹੁਰਿਆਂ ਦੇ ਕਾਲਜ ਫੈਸਟੀਵਲ ਆ, ਮੁੰਡੇ ਵਾਲਿਆਂ ਦੀ ਸੇਵਾ ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਰਿਬਨ ਕਟਵਾ ਦੇਈਏ? ਮੈਡਮ, ਕੱਲ੍ਹ ਤੋਂ ਓਵਰਆਲ ਟਰੋਫੀ ਦੀ ਆ ਨਾ ਜੀ। ਜੇ ਸਾਡਾ ਪੇਂਟਿੰਗ ਵਾਲਾ ਮੁੰਡਾ ਕੰਪੀਟੀਸ਼ਨ ਵਿਦਡਰਾਅ ਕਰਦਾ ਤਾਂ ਓਵਰਆਲ ਟਰੋਫੀ ਤੁਹਾਡੀ, ਫਿਰ ਤੁਹਾਨੂੰ ਫਰਕ ਨਹੀਂ ਪੈਂਦਾ ਕਿ ਭੰਗੜਾ ਖਾਲਸਾ ਕਾਲਜ ਦਾ ਜਿੱਤਦਾ ਜਾਂ ਸਾਡਾ। ਧਾਰੀਵਾਲ ਜੀ, ਜਿਹੜੀ ਗੱਲ ਤੁਸੀਂ ਕਹਿਣ ਆਏ ਹੋ, ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਡੇ ਕਾਲਜ ਦੀ ਇੱਕ ਰੈਪੂਟੇਸ਼ਨ ਹੈ। ਪਲੀਜ਼ ਹੈਵ ਯੂ ਟੀ।
वैसे मैडम मैं तो गल कर रहा सी कि जे वाकई मुंडा वह कॉम्पीटिशन विदड्रॉ करता तो ओवरऑल ट्रॉफी के नाल नाल थोड़ी बेटी भी जितती है। बाय द वे इट वाज नाइस। युवक मेले विच तुहाडा स्वागत है। हाजरी निक शेयर अर्ज कर रही हूँ। जुत्ती बन्ने उत्ते रह गई है, वे तेरे वाल वेखन दी सानू आदत पै गई है। एक जरूरी सूचना है जी, जेड़ियां टीम्स पेंटिंग मुकाबले विच हिस्सा ले रही ने ओह ऑडिटोरियम दे बाहर जाके रिपोर्ट करन। ओ पम्मे पेंटर, हेलो, तेनू बड़ी काल से उठन दी, तेनू पता है मैनू कितनी शर्म आई। ओ मैं तेनू कुछ देना ही, मैं क्या लेट ना हो जा। आ चक पतासे। पतासे एक आदे ले तेरे लिए सुखना सुखी। किस साल तू कंपटीशन च फर्स्ट आवे, हुण तू उत्थे जाके भावें रोल नंबर भी लिखिया आना तू फर्स्ट ही है। हो गई मेरी गल। पर मैं ते तेरे लिए सुखना सुखी नहीं। ते भज के मंदिर जाया, एवें हरा ही ना दे मैनू। तू कदे नहीं हार सकता। चंगा खाई ना, बस कोल ही रख ली। ढिलो टेंशन आज तू बस सामने बहना ते वेखना भी बनता की है।
ਦੀਆਂ ਪੱਗਾਂ ਬਣਦੇ ਨੇ ਗੱਭਰੂ ਲੈਣ ਫੁਲਕਾਰੀਆਂ ਨਾਰਾਂ ਦੇਸ ਪੰਜਾਬ ਦੀਆਂ ਨਹੀਂ ਰੀਸਾਂ ਮੇਰੇ ਯਾਰਾ ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਨੇ ਜੀ ਵਾਰੀ ਹੈ ਇਸ ਸਾਲ ਦੇ ਅੰਤਰ ਜ਼ੋਨਲ ਯੁਵਕ ਮੇਲੇ ਦੇ ਨਤੀਜਿਆਂ ਦੀ ਦੇਖਦੇ ਹਾਂ ਜਿੱਤ ਦੇ ਸਿਹਰੇ ਕਿਹੜੀਆਂ ਕਿਹੜੀਆਂ ਟੀਮਾਂ ਦੇ ਸਿਰ ਤੇ ਵੱਜਦੇ ਨੇ ਪੇਂਟਿੰਗ ਮੁਕਾਬਲੇ ਵਿੱਚ ਜਿਹੜੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਉਹ ਹੈ GH ਕਾਲਜ ਤੇ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਹੈ SSK ਕਾਲਜ ਫਾਰ ਗਰਲਸ ਲਓ ਜੀ ਹੁਣ ਵਾਰੀ ਹੈ ਅੱਜ ਦੇ ਅਹਿਮ ਮੁਕਾਬਲੇ ਦੇ ਨਤੀਜੇ ਦੀ ਯਾਨੀ ਕਿ ਭੰਗੜੇ ਦੀ ਤੇ ਜਿਹੜੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਉਹ ਹੈ GH ਕਾਲਜ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਆ ਜੀ ਰਾਮਗੜੀਆ ਕਾਲਜ ਤੇ ਇਸ ਸਾਲ ਭੰਗੜੇ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਆ ਜੀ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਆ ਜੀ SSK ਕਾਲਜ ਫਾਰ ਬੋਏ ਇਸ ਸਾਲ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ ਹੈ SSK ਕਾਲਜ ਫਾਰ ਗਰਲਸ ਨੇ ਪਾਰਟੀ ਪੂਰਟੀ ਕਰ ਲਈਏ ਉਹ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਬਈ ਜਿੱਤੇ ਹੋਏ ਟੀਮ ਦਾ ਹਿੱਸਾ ਬਣ ਜਾ ਮੈਂ ਤੇ ਕੋਚ ਸਾਹਿਬ ਨੂੰ ਪਹਿਲਾਂ ਹੀ ਕਿਹਾ ਸੀ ਕਿ ਧੱਕਾ ਹੋ ਜਾਣਾ ਜੇ ਅਸੀਂ ਤੇ ਐਵੇਂ ਕਮਲਿਆਂ ਵਾਂਗੂ ਭੰਗੜਾ ਪਾਉਂਦੇ ਰਹੇ ਅਗਲੇ ਜਿੱਤ ਕੇ ਆਓਗੇ ਕਿਉਂ ਪੰਮਿਆਂ ਉਹ ਇਹਨੂੰ ਕੋ ਕਹਿੰਦਾ ਇਹਦੀ ਸਹੇਲੀ ਦੀ ਮਾਂ ਨੇ ਤੇ ਸਾਰੀ ਸਕੀਮ ਲਾਈ ਆ ਅਸੀਂ ਮਰਦੇ ਰਹੇ ਸਭ ਕੁਝ ਲੈ ਕੇ ਆ ਰਹੇ ਵਿੱਚ ਕੁੜੀ ਦੁੱਧ ਪਿਉਂਦੀ ਰਹੀ ਮਾਂ ਸਕੀਮਾਂ ਲਾਉਂਦੀ ਰਹੀ ਕੀ ਕਿਹਾ ਓਏ ਸੁਣਦਾ ਨਹੀਂ ਬੋਲਾਂ ਆ ਇਹ ਕੀ ਹੋ ਰਿਹਾ ਪਿੱਛੇੜੋ ਹਜੇ ਕਸਰਾ ਕੋਈ ਤਮਾਸ਼ਾ ਦਿਖਾਉਣ ਦੀ ਚਲੋ ਇੱਥੋਂ ਸੁਣਿਆ ਨੀ ਪੰਮੇ ਮੈਂ ਸਾਰੀ ਉਮਰ ਭੰਗੜੇ 'ਚ ਹੀ ਕੱਢੀ ਆ ਜਿੱਦਾਂ ਦੀ ਅੱਜ ਆਪਣੀ ਟੀਮ ਨੱਚੀ ਆ ਇਹ ਤਾਂ ਹੋ ਹੀ ਨਹੀਂ ਸਕਦਾ ਸੀ ਕਿ ਉਹਦੀ ਕੋਈ ਪੁਜੀਸ਼ਨ ਨਾ ਆਉਂਦੀ ਸਕੀਮ ਤਾਂ ਲੱਗੀ ਆ ਹੈਲੋ ਹੈਲੋ ਜੀ ਪੰਮਾ ਹੈ ਉਹ ਤਾਂ ਹਲੇ ਆਇਆ ਨਹੀਂ ਤੁਸੀਂ ਕੌਣ ਹੈਲੋ ਹੈਲੋ ਉਹ ਬਸ ਬਈ ਬਸ ਥੋੜੀ ਓਹੋ ਹਟੋ ਨਾ ਥੋੜੀ ਜੀ ਹੋ ਲਿਓ ਓ ਯਾਰ ਮੈਨੇ ਚਾਹ ਨਾਲ ਬਣਾਈ ਬਸ ਅਰੇ ਸਾਡੀ ਕੁੜੀ ਜਿੱਤੀ ਹੈ ਕੋਈ ਮਜ਼ਾਕ ਹੈ ਭਲਾ ਹਾਂ ਚਾਹ ਜੀ ਅੱਜ ਪਹਿਲੀ ਵਾਰੀ ਤੇਰੇ ਚੋਂ ਕੋਈ ਘਰੇਲੂ ਜਨਾਨੀ ਨਜ਼ਰ ਆਈ ਹੈ ਨਹੀਂ ਤੇ ਭੈਣਾ ਤੇਰੇ ਕੋਲੋਂ ਤੇ ਡਰ ਹੀ ਲੱਗਦਾ ਰਹਿੰਦਾ ਹੈ ਕਿਹੋ ਜੀਆਂ ਗੱਲਾਂ ਕਰਦੇ ਹੋ ਚਾਹ ਜੀ ਉਹ ਕੁੜੀ ਕਿੱਥੇ ਹੈ ਤੇਰੀ ਚੰਗੀ ਜਿੱਤੀ ਹੈ ਸਾਡੇ ਕੋਲੋਂ ਬਹਿਣੋ ਖਲੋਣੋ ਨਹੀਂ ਗਈ ਮੈਂ ਬੁਲਾਉਣੀ ਹਾਂ ਉਹਨੂੰ ਜੀਆ 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 ਆ ਬੇਟਾ ਬੈਠ ਸਾਡੇ ਕੋਲ ਵੀ ਬੈਠ ਕੀ ਗੱਲ ਤੂੰ ਖੁਸ਼ ਨਹੀਂ ਤੂੰ ਜਿੱਤੀ ਹੈ ਹਾਂ ਤੁਹਾਨੂੰ ਤਾਂ ਪਤਾ ਦਾਦੀ ਮੈਨੂੰ ਜਿੱਤਣ ਹਾਰਨ ਨਾਲ ਫਰਕ ਨਹੀਂ ਪੈਂਦਾ ਪਰ ਮੈਨੂੰ ਤਾਂ ਪੈਂਦਾ ਹੈ ਨਾ ਮੈਂ ਤਾਂ ਬੜੀ ਖੁਸ਼ ਹਾਂ ਕਿ ਮੇਰੀ ਧੀ ਰਾਣੀ ਅੱਜ ਜਿੱਤੀ ਹੈ ਜਿੱਤੀ ਜਿੱਤੀ ਹੈ ਹੋਰ ਚਾਹੀਦਾ ਵੀ ਕੀ ਹੈ ਸਾਨੂੰ ਹਾਂ ਹੋਰ ਇੱਕ ਡਰਿੰਕ ਚਾਹੀਦਾ ਓਏ
ਤੈਨੂੰ ਰੋਜ਼ ਇੱਕ ਬਹਾਨਾ ਚਾਹੀਦਾ ਪੀਣ ਦਾ, ਹੈਂ? ਪੀ ਲੈ ਰੋਜ਼ ਹੀ ਪੀਣਾ ਨਾ, ਪੀ ਲੈ ਤੂੰ ਪੀ ਲੈ ਭਰਾਵਾ। ਮੈਂ ਦੇਖਦੀ ਹਾਂ ਇਸ ਵੇਲੇ ਕੌਣ ਆਇਆ ਹੋਏਗਾ। ਪੰਮੇ ਤੂੰ ਇੱਥੇ ਇਸ ਵੇਲੇ? ਮੈਂ ਤੇਰੇ ਮੋਮ ਨਾਲ ਗੱਲ ਕਰਨੀ। ਕੀ ਗੱਲ ਕਰਨੀ ਹੈ ਮੋਮ ਨਾਲ? ਕੋਈ ਨੀ ਮੰਮਾ, ਪੰਮੇ ਤੂੰ ਜਾ। ਪੰਮਾ ਤੂੰ ਇੱਥੇ ਕਿਵੇਂ? ਤੂੰ ਅੰਦਰ ਜਾ, ਮੈਂ ਗੱਲ ਕਰਨੀ ਕੋਈ। ਤੂੰ ਇੱਥੇ ਰੁਕ, ਕੀ ਗੱਲ ਕਰਨੀ ਹੈ? ਚੱਲ ਇੱਥੇ ਰੁਕ। ਕਿਉਂ ਕੀਤਾ ਮੇਰੇ ਨਾਲ ਇੱਦਾਂ? ਕੀ ਕੀਤਾ? ਤੁਹਾਨੂੰ ਪਤਾ ਕੀ ਕੀਤਾ, ਅਸੀਂ ਹਾਰ ਨਹੀਂ ਸਕਦੇ, ਸਾਨੂੰ ਹਰਾਇਆ ਗਿਆ। ਅੱਛਾ, ਤੁਸੀਂ ਹਾਰ ਹੀ ਨਹੀਂ ਸਕਦੇ। ਕੋਈ ਕੋਈ ਲੋਕਾਂ ਨੂੰ ਨਾ ਹਾਰ ਬਰਦਾਸ਼ਤ ਨਹੀਂ ਹੁੰਦੀ। ਹਾਰ ਤੇ ਬਰਦਾਸ਼ਤ ਹੁੰਦੀ ਆ, ਧੋਖਾ ਬਰਦਾਸ਼ਤ ਨਹੀਂ ਹੁੰਦਾ। ਧੋਖਾ ਕਿਹਨੇ ਦਿੱਤਾ ਧੋਖਾ? ਇੰਨਾ ਯੂਥ ਫੈਸਟੀਵਲ ਆਰਗੇਨਾਈਜ਼ ਕੀਤਾ, ਤੈਨੂੰ ਧੋਖਾ ਦੇਣ ਵਾਸਤੇ ਕੀਤਾ? ਬਾਹਰ ਨਿਕਲ, ਲੂਜ਼ਰ ਕਿਹਨੂੰ ਦਾ? ਲੂਜ਼ਰ ਕਿਹਨੂੰ ਕਿਹਾ? ਪੰਮੇ ਸੁਣ ਰਹੀ ਹੈ ਕਿਸ ਤਰ੍ਹਾਂ ਗੱਲ ਕਰ ਰਿਹਾ ਮੇਰੇ ਨਾਲ? ਬਈ ਕੀ ਹੋ ਰਿਹਾ? ਇਹ ਫਰੈਂਡ ਹੈ ਜੀ, ਔਕਾਤ ਦਿਖਾ ਰਿਹਾ ਆਪਣੀ। ਤੂੰ ਇੱਥੇ ਆਉਣ ਦੀ ਜ਼ਰੂਰਤ ਕੀਤੀ ਨਾ, ਤੂੰ ਹੁਣ ਦੇਖ ਤੇਰਾ ਕੀ ਹਾਲ ਹੁੰਦਾ। ਕੀ ਕਰ ਲੋਗੇ? ਤੂੰ ਕਿਹਾ ਸੀ ਨਾ ਆਪਣਾ ਲੈਵਲ ਨਹੀਂ ਮਿਲ ਸਕਦਾ। ਨਹੀਂ ਮਿਲ ਸਕਦਾ, ਮੈਂ ਇਸ ਲੈਵਲ ਤੱਕ ਗਿਰ ਨਹੀਂ ਸਕਦਾ। ਉਹ ਮੇਰੀ ਮਾਂ ਹੈ ਪੰਮੇ, ਕੀ ਬਕਵਾਸ ਕਰ ਰਿਹਾ ਤੂੰ? ਚੱਲ ਬਾਹਰ ਤੂੰ। ਓਏ ਇੱਕ ਮਿੰਟ ਪੰਮੇ, ਇਹ ਕੀ ਤਰੀਕਾ ਮੇਰੇ ਮਾਮ ਦਾ ਨਾਲ ਪੇਸ਼ ਆਂਦਾ? ਸੌਰੀ। ਕੀ ਸੌਰੀ, ਪਾਗਲ ਹੈ ਤੂੰ? ਹਾਂ, ਆਰ ਯੂ ਮੈਡ? ਤੂੰ ਮੇਰੇ ਡੈਡ ਨੂੰ ਧੱਕਾ ਮਾਰਿਆ, ਤੂੰ ਹਾਰ ਗਿਆ ਤਾਂ ਇਹਨਾਂ ਦਾ ਕੀ ਦੋਸ਼? ਤੈਨੂੰ ਸ਼ਰਮ ਨਹੀਂ ਆਈ? ਯੂ ਜਸਟ ਗੋ ਫਰੋਮ ਹਿਅਰ, ਜਾ। ਤੈਨੂੰ ਵੀ ਸਮਝ ਨਹੀਂ ਆਇਆ, ਤੂੰ ਚੱਲ ਇੱਥੋਂ, ਕੋਈ ਲੋੜ ਨਹੀਂ ਇਹਦੇ ਮੂੰਹ ਲੱਗਣ ਦੀ। ਬੱਚਿਓ, ਅੱਜ ਤੋਂ ਬਾਅਦ ਸਾਰਿਆਂ ਨੇ ਪੱਗਾਂ ਬੰਨਣੀਆਂ ਨੇ, ਕਿਸੇ ਨੇ ਵੀ ਨੰਗੇ ਸਿਰ ਭੰਗੜਾ ਨਹੀਂ ਪਾਉਣਾ, ਅਤੇ ਲੜਨਾ ਤਾਂ ਬਿਲਕੁਲ ਵੀ ਨਹੀਂ, ਅਤੇ ਜੇ ਕਿਸੇ ਵੀ ਚੀਜ਼ ਦੀ ਹੈਲਪ ਚਾਹੀਦੀ ਤਾਂ ਮੈਨੂੰ ਦੱਸਣਾ। ਪੰਮਾ ਪੰਮਾ ਨਹੀਂ, ਕੋਚ ਸਰ ਕਹਿਣਾ ਅੱਜ ਤੋਂ ਬਾਅਦ। ਓਕੇ ਪ੍ਰਧਾਨ, ਬੜੇ ਘੈਂਟ ਲੱਗਣ ਡੇ ਹੋ। ਕੋਚ ਸਰ, ਅੱਜ ਨੇ ਮੈਨੂੰ ਧੱਕਾ ਮਾਰਿਆ। ਕਦੋਂ ਮਾਰਿਆ? He's lying. No, I'm not. My grandma said you never lie. Abhi to teri nani ne sikhaya ho na. Agam. Vadiya gallan sikhaiyan tere grandmother ne. ਉਹ ਜਿੱਤਣ ਨਾਲੋਂ ਹਾਰਨ ਚੰਗਾ, ਉਹ ਤੂੰ ਸੁਣ ਮਸਤ ਫਕੀਰਾ, ਜਿੱਤ ਜਾਵੇਂ ਤੇ ਛੱਲਾ ਕੱਚ ਦਾ, ਹਾਰ ਜਾਵੇਂ ਤੇ ਹੀਰਾ, ਵੀਰ ਮੇਰੇ ਆ ਜੁਗਨੀ, ਅੱਲਾ ਬਿਸਮਿਲਾ ਤੇਰੀ ਜੁਗਨੀ। ਲੱਖ ਰੁਪਈਆ ਤੇ ਛੱਲੇ ਦਾ ਮੁੱਲ ਕਸੀਰਾ, ਜਿਹੜਾ ਦੋਵਾਂ ਗੱਲਾਂ ਨੂੰ ਨਾ ਮੰਨੇ ਉਹ ਬੇਗੁਰਾ ਬੇਪੀਰਾ, ਵੀਰ ਮੇਰੇ ਆ ਜੁਗਨੀ, ਅੱਲਾ ਬਿਸਮਿਲਾ ਤੇਰੀ ਜੁਗਨੀ। ਕਰੋ ਬਸ ਮਿਹਨਤ। ਮਾਈ ਗ੍ਰੈਂਡਮਾ ਆਲਵੇਜ਼ ਸੇਜ਼ ਹਾਰਡ ਵਰਕ ਇਜ਼ ਅ ਕੀ ਟੂ ਸਕਸੈਸ। ਪੁੱਤ, ਮੈਂ ਕਰਨ ਦੀ ਗ੍ਰੈਂਡਮਾ ਆ, ਉਹਨੂੰ ਲੈਣ ਆਈ ਆ। ਬੜੀਆਂ ਤੁਹਾਡੀਆਂ ਸਿਫਤਾਂ ਕਰਦਾ ਰਹਿੰਦਾ, ਬੜਾ ਕੁਝ ਸਿਖਾਇਆ ਤੁਸੀਂ ਇਹਨੂੰ। ਅੱਛਾ, ਸਾਡੀਆਂ ਗੱਲਾਂ? ਪੁੱਤ ਕਦੇ ਸਾਡੇ ਘਰ ਆਏ?
डिनर ते तेरे अंकल ता देसी कड्डी रख दे है। आंटी दारू तो मैं पींदा नहीं। चल रोटी पानी खा जी पुत। चलो मैं कल नु आना फिर रोटी खा दे। जरूर आई। आजा पुत। मैं ता इन्नी वारी सद्या साडे घरे ता इन्नी किते रोटी खान। तू ते आप पैण कर रही नी है। रोटी तू चोरी बना के ल्यानी होनी। दादी कोई आया? ओके ओके वेख ते पुत्र कौन है? किदा? वैद्या। सस्रीकाल आंटी। सस्रीकाल पुत्र की हाल चाल है? बस वदिया। वदिया गुरु दी कृपा। तेरे अंकल हुणी गया करो। हाँ। पुत पानी लेके आई। बैठो आंटी। नमस्ते जी। बैठो। पुत ये भंगड़े वाला कोच वा। करन बड़ा वधिया भंगड़ा पाउंदे जी। तुसीं भी पाउंदे रहे होणे किते मैनूं लगदा। तां ही इन्ना वधिया पाउंदा। असल च पुत तेरे तों कादा लुकावा। मेरी नूं नूं भंगड़ा पसंद नहीं क्योंकि जदों इह कॉलेज जांदी सी ਭੰਗੜੇ ਦਾ ਇੱਕ ਨਲਾਇਕ ਜਿਹਾ ਮੁੰਡਾ ਇਹਦਾ ਪਿੱਛਾ ਕਰਦਾ ਸੀ। ਛੱਡੋ ਮੰਮੀ, ਜਿਹੜੇ ਲੋਕ ਇੰਪੋਰਟੈਂਟ ਨਹੀਂ ਹੈ ਉਹਨਾਂ ਦੀ ਕੀ ਗੱਲ ਕਰਨੀ ਹੈ। ਚੈਪਟਰ ਕਲੋਜ਼। ਇਵਨ ਆਈ ਨੋ ਦਾ ਸਟੋਰੀ। ਮੇਰੀ ਨਾਨੀ ਨੇ ਦੱਸੀ ਸੀ। ਕਲਾਇੰਟ ਆ। ਸਟਾਪ ਇਟ। ਨਾ ਜੀ ਨਾ ਦੱਸਣ ਦਿਓ ਕੋਈ ਨਹੀਂ। ਇੰਟਰਸਟਿੰਗ ਸਟੋਰੀ। ਇੱਕ ਦਿਨ ਉਹ ਮੇਰੀ ਮੰਮੀ ਨੂੰ ਫੋਲੋ ਕਰਦਾ ਘਰ ਤੱਕ ਪਹੁੰਚ ਗਿਆ। ਪੁੱਤ ਮੇਰੀ ਨੂੰ ਤੇ ਕੁੜਮ ਕੁੜਮਣੀ ਨੇ ਜਦੋਂ ਉਹਦਾ ਖਟਾਪਾ ਚਾੜਿਆ ਤੇ ਉਹਦਾ ਦੰਦ ਟੁੱਟ ਗਏ। ਮੂੰਹ ਚੋਂ ਲਹੂ ਅੱਗੇ ਮੁੜ ਕੇ ਕਦੇ ਮਹੱਲੇ 'ਚ ਨਹੀਂ ਵੜਿਆ। ਅੱਛਾ ਓਕੇ 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 ਆਂਟੀ। ਹਾਂ ਹਾਂ ਉੜਦੀ ਗੱਲ ਮੈਂ ਵੀ ਸੁਣੀ ਸੀ। ਪਰ ਉਹ ਕਹਿੰਦੇ ਉਹ ਨਾ ਜਦੋਂ ਕੁੱਟ ਕੇ ਥੱਲੇ ਸੁੱਟਿਆ ਮੁੰਡੇ ਨੂੰ ਉਹ ਲੀੜੇ ਲੂੜੇ ਝਾੜ ਕੇ ਨਾ ਤੇ ਉਹ ਵੀ ਅੱਗੋਂ ਪੈ ਗਿਆ। ਉਹ ਤੁਹਾਡਾ ਭਲਾ ਹੋ ਜੇ। ਉਹ ਤੇ ਨਾ ਮੈਂ ਦੱਸਾਂ ਤੁਹਾਨੂੰ ਉਹਨੇ ਅੱਗੋਂ ਅੰਕਲ ਨੂੰ ਫੜ ਲਿਆ ਤੇ ਅੰਕਲ ਨੂੰ ਤੇ ਡਰਨਾ ਪੈ ਗਈ ਦੰਦਲ ਤੇ ਆਂਟੀ ਗਈ ਅੰਦਰੋਂ ਚਿਮਚਾ ਫੜਨ ਦੰਦਲ ਤੋੜਨ ਨੂੰ ਤੇ ਉਹ ਤੇ ਬਾਅਦ 'ਚ ਕੁੜੀ ਤੇ ਉਹਦੇ ਪੈਰੀਂ ਪਈ ਜਾਵੇ ਕਹਿੰਦੀ ਵੀ ਬਖਸ਼ ਦੇ ਅੱਜ ਜਾਣ ਦੇ। ਸੁਣੀਆਂ ਸੁਣਾਈਆਂ ਗੱਲਾਂ ਆਂਟੀ। 14-15 ਸਾਲ ਪਹਿਲਾਂ ਦੀ ਗੱਲ ਹੈ। ਬਾਅਦ 'ਚ ਹੁਣ ਨਹੀਂ ਪਤਾ ਪਤਾ ਕਿੱਥੇ ਗਏ ਕਿੱਥੇ ਮੁੰਡਾ ਗਿਆ ਕਿੱਥੇ ਕੁੜੀ ਗਈ। ਨਹੀਂ ਪੁੱਤ ਕੁੜੀ ਤਾਂ ਆਪਣੇ ਘਰ ਬੜੀ ਸੋਹਣੀ ਹੱਸਦੀ ਵੱਸਦੀ ਵਾ। ਮੁੰਡੇ ਦਾ ਨਹੀਂ ਸਾਨੂੰ ਪਤਾ। ਆਂਟੀ ਮੁੰਡਾ ਵੀ ਖੁਸ਼ ਹੀ ਹੋਣਾ। ਉਹ ਕਿਹੜਾ ਕਿੱਕਰ ਥੱਲੇ ਗੋਡਿਆਂ ਸਿਰ ਦੇ ਕੇ ਰੋਂਦਾ ਹੋਣਾ। ਉਹ ਵੀ ਅਗਲਾ ਲੁੱਡੀਆਂ ਪਾਉਂਦਾ ਹੋਣਾ। ਇਹੋ ਜਿਹੇ ਲੋਕਾਂ ਦੀ ਪੁੱਤ ਕੀ ਗੱਲ ਕਰਨੀ ਆਪਾਂ। ਛੱਡ ਪਰਾਂ ਹੁਣ। ਆਂਟੀ ਤੁਸੀਂ ਰੋਟੀ ਰਾਟੀ ਦਾ ਪ੍ਰੋਗਰਾਮ ਹੀ ਤੁਸੀਂ ਹੋਰੀ ਗੱਲਾਂ 'ਚ ਬਹਿ ਗਏ। ਹੁਣੇ ਰੋਟੀ ਆ ਮੇਰੇ ਨਾਲ ਚੱਲ ਪੁੱਤ। ਹਾਂ ਮੇਰੇ ਕੋਲ ਇਕੱਲੀ ਤੋਂ ਕਿੱਥੇ ਹਿੱਲਿਆ ਜਾਂਦਾ ਹੁਣ। ਚਲੋ ਪੰਮਿਆਂ ਗੱਲ ਸੁਣ। ਤੈਨੂੰ ਸੱਚੀ ਤਾਂ ਨਹੀਂ ਕੁੱਟਿਆ ਸੀ ਉਹਨਾਂ ਨੇ? ਤੁਹਾਨੂੰ ਲੱਗਦਾ ਮੈਂ ਕੁੱਟ ਖਾਣ ਵਾਲਾ? ਸਾਰੇ ਮੂਵ ਆਨ ਹੋ ਜਾਂਦੇ ਪੰਮੇ। ਜਨਾਨੀਆਂ ਥੋੜ੍ਹਾ ਛੇਤੀ ਨਹੀਂ ਹੋ ਜਾਂਦੀਆਂ? ਨਹੀਂ ਬੰਦੇ ਵੀ ਹੋ ਜਾਂਦੇ ਆ ਪਰ ਮੇਰਾ ਵੀਰ ਤਾਂ ਨਹੀਂ ਮੂਵ ਆਨ ਹੋਇਆ। ਇੱਕ ਗੱਲ ਦੱਸ ਪੰਮੇ, ਤੂੰ ਕਿਉਂ ਨਹੀਂ ਮੂਵ ਆਨ ਹੋਇਆ? ਉਹ ਛੱਡ ਕੇ ਚੱਲ ਗਈ ਸੀ ਤਾਂ ਕਰਕੇ ਕਿ ਤੂੰ ਹਾਰ ਗਿਆ ਸੀ ਤਾਂ ਕਰਕੇ? ਮੈਂ ਹਾਰ ਗਿਆ ਸੀ ਤਾਂ ਕਰਕੇ ਕੋਚ ਸਾਹਮਣੇ, ਯਾਰਾਂ ਦੋਸਤਾਂ ਸਾਹਮਣੇ, ਪੂਰੇ ਕਾਲਜ ਸਾਹਮਣੇ। ਪੰਮੇ ਆਹ ਮੌਕਾ ਤੇਰੇ ਕੋਲ ਪ੍ਰੂਵ ਕਰਨ ਦਾ। ਜੇ ਤੂੰ ਭੰਗੜੇ ਲਈ ਮਰਿਆ ਵੀ ਸੀ ਨਾ ਤੇ ਭੰਗੜੇ ਲਈ ਜੀ ਵੀ ਰਿਹਾ।
चलो मैं चलदा, काम ते भी जाना, उस तो बाद रसल ते भी लेट आऊंगा राती। चंगा। वेखी होने ब्याह भी कराएगा। होए धन क दद्दड़ धन, होए धन क दद्दड़ धन, होए धन क दद्दड़ धन। करण, कदों दी पार्किंग च वेट कर रही हैं तू? आए नहीं, चल ना। करण, 200 धमाला पौनिया, तेरी धमाल कच्ची आ। धन क दद्दड़ धन, होए धन क दद्दड़ धन। जान के कर दे, तू चल मेरे नाल। नहीं मैं नहीं जाना, जदों कोच कहूगा फिर मैं जाना है। मैं तेरे नाल गल करनी है। हाँ जी दसो। नहीं इत्थे नहीं, करण है सामने। तू मैनू कल मिल 4 बजे कल्चरल कैफे। ऐवें ना वेट करदी रही, चल भाई। ओए धनक दद्दड़ धन, ओए धनक दद्दड़ धन, ओए धनक दद्दड़ धन, ओए। हुण आया तू? मैं तेनू मिलनी आया, मैं ते काम आया इत्थे। अद्धा घंटा लेट आया। तू सच्ची मेरी वेट कर रही है? एक बच्चे दी माँ होके ते एक पराए मर्द दी वेट कर रही बैठी तू? दस मैं तेनू डेट ते नहीं बुलाया, करण नू क्यों तंग करदा तू? अच्छा मैं तंग करदा करण? वो सारे बच्चें तंग करदा, सारिआं नाल लड़दा रहिंदा। ये संस्कार देते तुही? बिल्कुल अपनी नानी दे गया। नानी नू विच क्यों लैके आ रहे तू? उदी नानी आई इदां दी, हर थां ते विच आ जांदी। की बिगाड़ है नानी ने तेरा? की अफवाह फैलाई मेरे बारे? मैं तेरा पीछा करदा ही, तंग करदा ही तेनू मैं, फड़ के कुटिया मैनू फिर तुही। गर्मियां दी छुट्टियां चलिआ मैं पंजाब, मिल के आऊंगा तेरे मॉम डैड नू। पता नहीं 13 के 14 साल बाद मिले ही, मैं सोचा ही बह के गल्लां करांगे। मैं तेनू तेरे न्याणे दा हाल पुछूंगा, तू मैनू मेरे न्याणे बारे पुछेंगी। मैं कहूंगा मैनू विआह कराउणा भुल ही गया। मैं तेनू कहूंगा तेरे न्याणा इन्ना वड्डा हो गया, तू मैनू कहेंगी कमलिया तू ते आप न्याणे वर्गा हो गया। पर ना तू मैनू बहन ली क्या ना मैं तेनू। एक झूठ है जिहड़ा सारिआं नूं पता, पर एक सच है जिहड़ा या ते मैनू पता या तेरे मॉम नूं पता। मेरा सच तेनू झूठ लगना ते तेरे मॉम ने तेनू सच दसना। हेलो। हेलो, हाँ जी मम्मा, नमस्ते। नमस्ते पुत्र, आज किवें याद कर लिया सानू? बस वैसे ही, तुसी ठीक हो ना? हाँ, की होया? नहीं बस। अच्छा मैं एक गल पूछा, तुसी मम्मा गर्मी दी छुट्टियां च की कर रहे हो? कुछ नहीं बेटा, करे रवांगे। करे क्यों रहना माँ, घूमन जाओ शिमले। शिमले क्यों? मम्मा ओ वापस आ गया। कौन वापस आ गया पुत्र? पम्मा। पम्मा कौन? पम्मा टिल्लू। पम्मा टिल्लू? ओ करण दा कोच बन के वापस आया। की कहंदा हुण? कहना की है, ओनू जदों तो पता लग गया ना कि करण मेरा बेटा है, ओ करण नू बहुत तंग कर रहा है। तू अपने हस्बैंड नू शिकायत लगाना? मम्मा ओ बाहर गया है, तुहानू पता ओ लड़के महीना महीना घर नहीं आउंदा। मैं तेनू कह रही हां ना, ओदे कोलों छुटकारा पा पहला तू। ओ तो बाद च पा लांगे, पहला ए तो पावां। तू एक काम कर, तू स्कूल दे प्रिंसिपल नू शिकायत करके इन्नू स्कूलों बाहर कढ़ा, जिस तरह मैं इन्नू कॉलेज तो बाहर कढ़ाया सी प्रिंसिपल नू कह के। तुसी कढ़वाया सी? हां, बड़ा 30 मार्कां बन रहा सी ना। ए भूल गया, एदी आकड़ मैं किवें भन्नी सी? ते ए भंगड़े विच भी तो मैं ही हरवाया सी इन्नू। मम्मा तुसी उदों मैनू झूठ बोलिया सी। नहीं पुत्र। जिया। पुत्र? जिया? Thank you.
आ लो जी एक और रोटी ले लो। नहीं नहीं मैं तो बहुत खा लिया, मेरा तो ढिड भर गया। तुसी ले लो। मैं ते खाऊंगा, दाल बड़ी कैंट बनी। दाल ते तो मैं वट कर देनी है, तो तुसी मेरे हाथ ते बनाई टींडे नहीं खाते। मेरे डैडी भी ऐसी दाल बना देंदे। डैडी? मम्मी आ गई नहीं ना साडे। ओ इत्थे आ के सिखिया तू? ओ बच्चे क्लास बोलते रहते हैं ना, मैं सोचा मैं भी कह दवा। तेनू तो स्वाद लगनी है दाल, इन्हें अपने हाथों नाल जड़ी बनाई है। ग्रेस पाजी काम की कर दे? उन्हें देना गैस स्टेशन या। अच्छा। गैस स्टेशन आदा काम को मैं नहीं खास, बाइदा बाइदा काख नहीं, मैं भी लगा रहा। ओ। ओ आ गए। ओहो। सासिकाल पुलर साहब हो तुसी? सासिकाल जी की हाल चाल? बस अपने ही कर है, नूर मीत की छोटी सिस्टर है। बैठो बैठो तुसी। हाँ जी हाँ जी। ਇਹ ਮੁੰਡਾ ਦੇਖਿਆ ਲੱਗਦਾ ਕਿਤੇ, ਉਹ ਗੈਸ ਪਾਉਣ ਕਿਤੇ ਆਇਆ ਹੋਣਾ, ਉੱਥੇ ਦੇਖਿਆ ਹੋਣਾ। ਇਹ ਉਹੀ ਮੁੰਡਾ ਨਹੀਂ ਜਿਹਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਸੀ ਗੈਸ ਸਟੇਸ਼ਨ ਤੇ? ਛੱਡੋ ਭੁੱਲਰ ਸਾਹਿਬ, ਤੁਸੀਂ ਤੇ ਦੋ ਦਿਨ ਪਹਿਲਾਂ ਆ ਗਏ। ਭੁੱਲਰ ਸਾਹਿਬ ਛੱਡੋ, ਹੁਣ ਸਭ ਕੁਝ ਖਾਣਾ ਪੀਣਾ ਦਾਰੂ ਛੱਡ ਗਿਆ, ਹੁਣ ਤੇ ਅਸੀਂ ਇਹਦੇ ਲਈ ਕੁੜੀ ਲੱਭ ਰਹੇ ਹਾਂ ਤੇ ਆਪਣਾ ਘਰ ਵਸਾਵੇ। ਅਸੀਂ ਵੀ ਇਹਦੇ ਵਾਸਤੇ ਕੋਈ ਚੰਗਾ ਜਿਹਾ ਮੁੰਡਾ ਲੱਭ ਰਹੇ ਹਾਂ। ਤੁਸੀਂ ਇਹਦਾ ਘਰ ਵਸਾਉਣਾ ਚਾਹੁੰਦੇ ਹੋ? ਅਸੀਂ ਇਹਦਾ ਘਰ ਵਸਾਉਣਾ ਚਾਹੁੰਦੇ ਹਾਂ। ਫੇਰ ਤਾਂ ਘਰ ਵਸ ਗਿਆ ਜੀ, ਚਲੋ ਮੂੰਹ ਮਿੱਠਾ ਕਰੀਏ। ਅੱਛਾ ਤੂੰ ਖਾਣਾ ਆਰਡਰ ਕੀਤਾ, ਮਿੱਠਾ ਨਹੀਂ ਆਰਡਰ ਕੀਤਾ? ਖਾਣਾ ਤਾਂ ਇਹਨੇ ਆਪ ਬਣਾਇਆ। ਇਹਨੇ ਤਾਂ ਕਦੇ ਚਾਹ ਨਹੀਂ ਬਣਾਈ, ਖਾਣਾ ਕਿੱਥੋਂ ਬਣਾਉਣਾ ਸੀ? ਫੇਰ ਤਾਂ ਪੰਮੇ ਵਰਗੀ ਆਏ। ਪ੍ਰਧਾਨ ਹੁਣ ਹੀ ਸੋਚ ਕੇ ਹਾਂ ਕਰੀ, ਕਿਤੇ ਬਾਅਦ ਚੋਂ। ਤੇ ਨਹੀਂ ਹਲੇ, ਸਵੇਰੇ ਕੰਪੀਟੀਸ਼ਨ ਹੈ। ਕੁਝ ਨਹੀਂ, ਡੈਡੀ ਨਾਲ ਗੱਲ ਕਰਨ ਨੂੰ ਜੀ ਜਿਹਾ ਕਰਨ ਡਿਆ ਹੈ। ਆਨਲਾਈਨ ਨਹੀਂ ਹੁੰਦੇ ਵਟਸਐਪ ਤੇ? ਅੱਛਾ, ਵਿਆਹ ਕਰਾਉਣ ਤੋਂ ਡਰ ਲੱਗਦਾ ਕਿ ਅਗਮ ਦੇ ਹਾਰਨ ਤੋਂ? ਅੱਛਾ, ਜੇ ਤਾਂ ਵਿਆਹ ਤੋਂ ਡਰਦਾ ਫਿਰ ਸਾਰੀਆਂ ਕੁੜੀਆਂ ਤੇਰੀ ਭੈਣ ਵਰਗੀਆਂ ਨਹੀਂ ਹੁੰਦੀਆਂ। ਜੇ ਅਗਮ ਦੇ ਹਾਰਨ ਤੋਂ ਡਰਦਾ ਤਾਂ ਉਹਦੀਆਂ ਰਗਾਂ ਦੇ ਵਿੱਚ ਵੀ ਭੰਗੜੇ ਵਾਲੇ ਦਾ ਖੂਨ ਵਗਦਾ। ਇਹ ਗੱਲ ਤਾਂ ਠੀਕ ਹੈ ਭਾਅ ਜੀ, ਮੈਨੂੰ ਚੇਤਾ ਜਦੋਂ ਤੁਹਾਡਾ ਰਿਸ਼ਤਾ ਹੋਇਆ ਸੀ ਨਾ, ਅਤੇ ਡੈਡੀ ਮੰਨਦੇ ਨਹੀਂ ਕਿ ਮੁੰਡਾ ਭੰਗੜੇ ਵਾਲਾ। ਮੈਂ ਨਿਕਾ ਜਿਹਾ ਹੁੰਦਾ ਸੀ, ਮੈਂ ਡੈਡੀ ਨੂੰ ਕਿਹਾ ਕਿ ਭੰਗੜੇ ਵਾਲਿਆਂ ਦੀ ਇਹ ਖਾਸੀਅਤ ਹੁੰਦੀ ਹੈ ਕਿ ਔਖੀ ਘੜੀ 'ਚ ਵੀ ਪੱਟ 'ਤੇ ਥਾਪੀ ਮਾਰ ਕੇ ਚੜ੍ਹਦੀ ਕਲਾ 'ਚ ਹੋ ਜਾਂਦੇ ਆ। ਚੱਲ ਉੱਠ ਫੇ, ਮਾਰ ਪੱਟ 'ਤੇ ਥਾਪੀ, ਬਣ ਜਾ ਸ਼ੇਰ, ਆ ਜਾ। ਨੱਚਦੇ ਸੁਨੱਖੇ ਮੁੰਡੇ ਉੱਡਦੀ ਮਿੱਟੀ ਵੀ ਮੱਥੇ ਚੁੰਮੇ ਹੱਸ ਕੇ, ਕਿਹੜੇ ਸ਼ਹਿਰ ਚੋਬਰਾ ਸਵਾਇਆ ਕੁੜਤਾ ਤੂੰ ਸਾਨੂੰ ਜਾਵੀਂ ਦੱਸ ਕੇ, ਗਲਾਂ ਵਿੱਚ ਕੈਂਠੇ ਕੰਨੀ ਮੁੰਦਰਾਂ ਤੇ ਡੋਲੇ ਤੇ ਤਵੀਤ ਕੱਸ ਕੇ। ਚੰਨ ਜਿਹੇ ਗੱਭਰੂ ਬਈ ਪਾਉਣ ਭੰਗੜੇ ਤੇ ਲੋਕੀ ਕਹਿਣੇ ਅਸ਼ਕੇ, ਚੰਨ ਜਿਹੇ ਗੱਭਰੂ ਬਈ ਪਾਉਣ ਭੰਗੜੇ ਤੇ ਲੋਕੀ ਕਹਿਣੇ ਅਸ਼ਕੇ। ਕਿੱਦਾਂ ਤਿਆਰੀ ਆ? ਕੀ ਗੱਲ, ਤੂੰ ਬੜਾ ਮਹਿਸੂਸ ਆਏ ਬੈਠਾ। ਜੇ ਮੈਂ ਹਾਰ ਗਿਆ ਨਾ ਸਕੂਲ 'ਚ ਕੋਈ ਮੇਰੀ ਇੱਜ਼ਤ ਨਹੀਂ ਰਹਿਣੀ। ਤੂੰ ਲੋਕਾਂ ਨੂੰ ਵਿਖਾਉਣ ਲਈ ਜਿੱਤਣਾ? ਜਦੋਂ ਮੈਂ ਕਾਲਜ ਪੜ੍ਹਦਾ ਹਾਂ ਨਾ, ਮੇਰੀ ਵੀ ਇਹੋ ਪ੍ਰੋਬਲਮ ਸੀ, ਮੈਨੂੰ ਜਿੱਤਣ ਦੀ ਆਦਤ ਪੈ ਗਈ, ਲੋਕਾਂ ਨੂੰ ਜਿੱਤ ਕੇ ਵਿਖਾਉਂਦਾ ਵਿਖਾਉਂਦਾ ਸਭ ਕੁਝ ਹਾਰ ਗਿਆ। ਇੱਕ ਗੱਲ ਯਾਦ ਰੱਖੀ, ਜੇ ਜਿੱਤਣ ਤੋਂ ਬਗੈਰ ਤੇਰੀਆਂ ਨਜ਼ਰਾਂ 'ਚ ਤੇਰੀ ਕੋਈ ਇੱਜ਼ਤ ਨਹੀਂ ਨਾ, ਫਿਰ ਜਿੱਤ ਕੇ ਵੀ ਨਹੀਂ ਹੋਣੀ। ਤੁਸੀਂ ਮੈਨੂੰ ਕਰਤਾ ਨਾ ਹੋਰ ਕਨਫਿਊਜ਼, ਮੈਨੂੰ ਕੀ ਪਤਾ ਮੇਰੀ ਨਜ਼ਰ 'ਚ ਇੱਜ਼ਤ ਹੈਗੀ ਵੀ ਆ ਕਿ ਨਹੀਂ। ਜਦੋਂ ਇਸ ਸਟੇਜ 'ਤੇ ਨੱਚ ਕੇ ਉਤਰੇਗਾ ਨਾ, ਤੈਨੂੰ ਇੱਥੇ ਪਤਾ ਹੋਊਗਾ ਵੀ ਤੇਰੀਆਂ ਨਜ਼ਰਾਂ 'ਚ ਤੇਰੀ ਕੋਈ ਇੱਜ਼ਤ ਹੈਗੀ ਕਿ ਨਹੀਂ ਹੈਗੀ। ਡੱਟਾ ਫਿਕਰ ਨਾ ਕਰ, ਵੇਖੀ ਬਣਦਾ ਕੀ ਆ।
ਸਤਿ ਸ੍ਰੀ ਅਕਾਲ ਹੈਲੋ ਐਂਡ ਵੈਲਕਮ ਸਾਰਿਆਂ ਨੂੰ ਪਿਆਰ ਭਰਿਆ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੇ ਇਸ ਐਨੂਅਲ ਇੰਟਰ ਸਕੂਲ ਭੰਗੜਾ ਫਾਈਨਲਸ 2018 ਚ ਵੀ ਹੈਵ 12 ਟੀਮਸ ਕੰਪੀਟਿੰਗ ਫਰੋਮ ਆਲ ਓਵਰ ਕੈਨੇਡਾ ਆਰ ਜੱਜਸ ਹੇਅਰ ਵਿਲ ਸਲੈਕਟ ਵਨ ਆਫ ਦੋਜ਼ 12 ਟੀਮਸ ਐਜ ਆਰ ਵਿਨਰ ਸ਼ੁਰੂ ਕਰਦੇ ਆ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ 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 ਧੋਣਿਆ ਸ਼ੁਕੀਨਾ ਲੰਬੇ ਲੰਜੇ ਆਵੇ ਨੈਣ ਤੇਰੇ ਦਿਲ ਖੋਣ ਵੇ ਦੇਖ ਤੇਰੀ ਦਮਾ ਰਾਂਝੇ ਵਰਗੀ ਤੇ ਸਾਕ ਤੈਨੂੰ ਨਿੱਤ ਆਉਣ ਵੇ ਤੇਰੀ ਜਮਾ ਰਾਂਝੇ ਵਰਗੀ ਤੇ ਸਾਕ ਤੈਨੂੰ ਨਿੱਤ ਆਉਣ ਵੇ ਮਾਰਦਾ ਏ ਡੰਡ ਵੱਡੇ ਤੜਕੇ ਵੇ ਪਿੰਡੇ ਉੱਤੇ ਤੇਲ ਝੱਸ ਕੇ ਚੰਨ ਜਿਹੇ ਗੱਭਰੂ ਬਈ ਪਾਉਣ ਭੰਗੜੇ ਤੇ ਲੋਕੀ ਕਹਿਣ ਅਸ਼ਕੇ ਚੰਨ ਜਿਹੇ ਗੱਭਰੂ ਬਈ ਪਾਉਣ ਭੰਗੜੇ ਤੇ ਲੋਕੀ ਕਹਿਣ ਅਸ਼ਕੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ I want to welcome our judges to the stage for our final results. Judges welcome. And now, the most anticipated results of the night. The moment you guys have been waiting for. The winner of Annual Inter-School Bhangra 2018 is... Norquay Elementary! ਪੰਮੇ ਤੈਨੂੰ ਹਰਾਉਣ ਦਾ ਜ਼ੋਰ ਤਾਂ ਅੱਜ ਵੀ ਬਹੁਤ ਲਾਇਆ ਮੈਂ ਪਰ ਤੇਰੇ ਜਵਾਕਾਂ ਨੇ ਮੈਨੂੰ ਹਰਾ ਦਿੱਤਾ ਕੋ ਸਾਹਿਬ ਉਹ ਨਹੀਂ ਸੱਜਾ ਸਾਹਿਬ ਤੁਸੀਂ ਆਪ ਹੀ ਕਹਿੰਦੇ ਹੁੰਦੇ ਕਿ ਭੰਗੜਾ ਪਿਆਰ ਵਧਾਉਣ ਦਾ ਤਰੀਕਾ ਹੀ ਆ ਕਈ ਵਾਰ ਬਹੁਤ ਦੇਰ ਬਾਅਦ 'ਚ ਸਮਝ ਆਉਂਦੀ ਹੈ ਕਿ ਜੇ ਪਿਆਰ ਵਧਾਉਣਾ ਤਾਂ ਹਾਰ ਵੀ ਮਨਜ਼ੂਰ ਕਰਨੀ ਪੈਂਦੀ ਹੈ ਕਰਨ ਬਹੁਤ ਖੁਸ਼ ਹੈ ਹਾਂ ਭੰਗੜਾ ਬਹੁਤ ਵਧੀਆ ਪਾਇਆ ਉਹਨੇ ਵੇਖਿਆ ਉਸਤਾਦ ਹੀ ਘੈਂਟਿਆ ਭੰਗੜਾ ਤੇ ਵਧੀਆ ਪਾਉਣਾ ਹੀ ਪੰਮੇ 14 ਸਾਲ ਸਾਥ ਸਾਂਭਿਆ ਤੂੰ ਜੇ ਪਹਿਲਾਂ ਪਤਾ ਹੁੰਦਾ ਤਾਂ ਦੁਨੀਆ ਕੁਛ ਹੋਰ ਹੀ ਹੋਣੀ ਸੀ ਪਹਿਲਾਂ ਪਤਾ ਲੱਗ ਜਾਂਦਾ ਤੇ ਉਸ ਸਾਲ ਮੈਨੂੰ ਰੋਲ ਨੰਬਰ ਮਿਲ ਜਾਣਾ ਸੀ ਮੇਰੀ BSc ਕੰਪਲੀਟ ਹੋ ਜਾਣੀ ਸੀ ਜੋਬ ਮਿਲ ਜਾਣੀ ਸੀ ਟੀਚਰ ਦੀ ਤਰਨ ਤਾਰਨ ਦੇ ਲਾਗੇ ਕਿਸੇ ਸਕੂਲ 'ਚ ਬੜਾ ਵਧੀਆ ਟੀਚਰ ਹੋਣਾ ਸੀ ਮੈਂ ਭੰਗੜਾ ਸਿਖਾਇਆ ਕਰਨਾ ਸੀ ਮੈਨੂੰ ਬੱਚਿਆਂ ਨੂੰ ਤੇਰੀ ਵੀ ਅਕੈਡਮੀ ਹੋਣੀ ਸੀ ਪੇਂਟਿੰਗ ਦੀ ਮਹਿੰਗੀਆਂ ਪੇਂਟਿੰਗ ਵੀ ਕਿਆ ਕਰਨੀਆਂ ਤੇਰੀਆਂ ਪੇਂਟਿੰਗ ਮੇਰਾ ਪ੍ਰੋਫੈਸ਼ਨ ਨਹੀਂ ਹੋਬੀ ਹੈ ਮੈਂ ਸਾਰਾ ਦਿਨ ਤੇਰੀਆਂ ਪੇਂਟਿੰਗਸ ਬਣਾਇਆ ਕਰਦੀ ਮੈਂ ਵਿਹਲਾ ਥੋੜ੍ਹਾ ਹੋਣਾ ਸੀ ਐਵੇਂ ਕਿਹੜਾ ਦੋ ਦੋ ਘੰਟੇ ਖਲੋਤਾ ਰਹੇ ਪੇਂਟਿੰਗ ਬਣਾਉਣ ਨੂੰ ਸੱਚ ਉਸ ਦਿਨ ਮੈਂ ਤੇਰੇ ਘਰ ਗਿਆ ਸੀ ਮੈਂ ਤੇਰੇ ਹਸਬੈਂਡ ਦੀ ਪੇਂਟਿੰਗ ਨਹੀਂ ਵੇਖੀ ਗਈ ਉਹ ਵੀ ਕਿਹੜਾ ਵੇਲਾ ਉਹਨੂੰ ਵੀ 100 ਕੰਮ ਨੇ ਬੰਦੇ ਇੱਕੋ ਜਿਹੇ ਹੁੰਦੇ ਨਾ ਸਾਰੇ
फिर भी उस दुनिया विच कुछ तो वखरा होना सी। जो भी हुंदा ना इस दुनिया तो वधिया नहीं सी होना। तेनू पहनगे भुलेखे मेरे येलो सूट देवे सरों दे आ फुला चो हो यारा नू बुलाउन लगे निकले आ करू मेरा नाम भुला चो हो यारा नू बुलाउन लगे निकले आ करू मेरा नाम भुला चो प्रधान रोटी नहीं पकी हले तुसी मैनू क्या रोटी पकाउण नू वेख ला प्रधान सोचा ही पी अपना घर लवांगे चैन ना रवांगे एक तू होएंगी एक मैं होऊंगा मतलब मेरा भरा नहीं होऊंगा ओ यार मैं ओ कदों गल कीती पूरी गल ते सुन ला एक तू होएंगी एक मैं होऊंगा एक तेरा भरा होऊंगा आ नाले अपने यारा दोस्तां नू कह दो कि शू बाहर ला के आया कर नहीं तां देख लियो ससरी गल भाजी भैणे मैं आ गया ਉਹ ਤੂੰ ਇੰਨੀ ਛੇਤੀ ਆ ਗਿਆ ਉਹ ਫਿਲਮ ਵਧੀਆ ਲੱਗੀ ਮੈਂ ਚੱਲ ਛੱਡ ਕੇ ਆ ਗਿਆ ਪਰ ਤੂੰ ਤੇ ਕੰਮ ਤੇ ਗਿਆ ਸੀ ਪਹਿਲਾਂ ਮੈਨੂੰ ਕੰਮ ਨਹੀਂ ਵਧੀਆ ਲੱਗਿਆ ਸੀਗਾ ਉਹ ਮੈਂ ਚੱਲ ਛੱਡ ਕੇ ਮੈਂ ਫਿਲਮ ਵੇਖਣ ਗਿਆ ਉਹ ਵੀ ਵਧੀਆ ਨਹੀਂ ਲੱਗੀ ਜੀਜਾ ਜੀ ਪਤਾ ਨਹੀਂ ਕਿਉਂ ਗਿਆ ਅੱਜ ਕੱਲ੍ਹ ਮੈਨੂੰ ਕੁਛ ਵਧੀਆ ਲੱਗ ਨਹੀਂ ਰਿਹਾ ਸਾਰੇ ਤੁਹਾਡੇ ਚਿਹਰੇ ਦੇ ਜਿਹੜਾ ਮੈਨੂੰ ਵੇਖ ਕੇ ਖਿੜ ਜਾਂਦਾ ਆ ਗਿਆ ਮੇਰਾ ਸਾਲਿਆ ਜੇ ਤੁਹਾਡੇ ਚਿਹਰੇ ਕਰਕੇ ਨਾ ਮੈਂ ਘਰ ਨਹੀਂ ਛੱਡ ਕੇ ਜਾ ਰਿਹਾ ਨਹੀਂ ਤਾਂ ਮੇਰੇ ਦੋਸਤ ਲੈਲਪੁਰ ਕਾਲਜ ਵਾਲੇ ਮੈਨੂੰ ਰੋਜ਼ ਵਜਾ ਮਾਰਦੇ ਆ ਵੀ ਆ ਸਾਡੇ ਕੋਲ ਰਹਿ ਤੇਰੇ ਜੀਜਾ ਕਿਸੇ ਕੰਮ ਦਾ ਨਹੀਂ ਮੈਂ ਕਿਹਾ ਨਾ ਹੋਏ ਕਿਸੇ ਕੰਮ ਦਾ ਹਰ ਬੰਦਾ ਕੰਮ ਥੋੜ੍ਹੀ ਹੁੰਦਾ ਮੈਂ ਛੱਡ ਕੇ ਜਾਣਾ ਨਹੀਂ ਉਹ ਸ਼ੂਜ਼ ਤੇਰੇ ਗੰਦੇ ਆ ਤੁਹਾਨੂੰ ਸ਼ੂਜ਼ ਦੀ ਪਈ ਹੈ ਜਿਹੜਾ ਮੈਂ ਭੁੱਖਾ ਦਾ ਕੋਈ ਚੱਕਰ ਨਹੀਂ ਭੈਣੇ ਕੁਛ ਖਾਣ ਹੋਏਗਾ ਸਮ ਜੱਟਾ ਕਿਵੇਂ ਭੁੱਲੇਗਾ ਰਕਾਨ ਨੂੰ ਜਾਣਦੀਆਂ ਤੈਨੂੰ ਵੇ ਮੈਂ ਵੱਡੇ ਖੱਬੀ ਖਾਣ ਨੂੰ ਸਮ ਜੱਟਾ ਕਿਵੇਂ ਭੁੱਲੇਗਾ ਰਕਾਨ ਨੂੰ ਜਾਣਦੀਆਂ ਤੈਨੂੰ ਵੇ ਮੈਂ ਵੱਡੇ ਖੱਬੀ ਖਾਣ ਨੂੰ ਉਹ ਤੈਨੂੰ ਪਹਿਣਗੇ ਭੁਲੇਖੇ ਮੇਰੇ ਯੈਲੋ ਸੂਟ ਦੇਵੇ ਸਰੋਂ ਦੇ ਆ ਫੁੱਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਫੁੱਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਫੁੱਲਾਂ ਚੋਂ ਪੁਰਾਣੇ ਮੇਰੇ ਖੱਤ ਵੇਖ ਰੋਏਗਾ ਪਿਆ ਤੂੰ ਚੁਬਾਰੇ ਵਿੱਚ ਛੱਤ ਵੇਖ ਰੋਏਗਾ ਪੜ੍ਹ ਕੇ ਪੁਰਾਣੇ ਮੇਰੇ ਖੱਤ ਵੇਖ ਰੋਏਗਾ ਪਿਆ ਤੂੰ ਚੁਬਾਰੇ ਵਿੱਚ ਛੱਤ ਵੇਖ ਰੋਏਗਾ ਚਾਬੀਆਂ ਤੇ ਭਾਨਿਆਂ ਚੋਂ ਦਿਖਿਆ ਕਰੂੰ ਮੈਂ ਸਾਰਿਆਂ ਹੀ ਟੂਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂੰ ਮੇਰਾ ਨਾਮ ਭੁੱਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂੰ ਮੇਰਾ ਨਾਮ ਭੁੱਲਾਂ ਚੋਂ ਕਾਲਜ ਦੀ ਤੂੰ ਬੱਸ ਪਿੱਛੇ ਸੋਹਣਿਆ ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ ਸੋਹਣਿਆ ਵੂਮੈਨ ਕਾਲਜ ਦੀ ਤੂੰ ਬੱਸ ਪਿੱਛੇ ਸੋਹਣਿਆ ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ ਸੋਹਣਿਆ ਨਵੇਂ ਨਵੇਂ ਕਰਕੇ ਪਲਾਸ ਟੂ ਸੀ ਆਏ ਪਿੰਡਾਂ ਦੇ ਸਕੂਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ
ਲੈਂਸ ਗੋ ਤੂੰ ਮੇਰੇ ਨਾਮ ਪਿੱਛੇ ਲਾ ਕੇ ਵੇ ਹੁਣ ਕਿੱਥੇ ਚੱਲਿਆ ਤੂੰ ਇੱਥੇ ਤੱਕ ਆ ਕੇ ਵੇ ਹੋ ਬੈਂਸ ਬੈਂਸ ਗੋ ਤੂੰ ਮੇਰੇ ਨਾਮ ਪਿੱਛੇ ਲਾ ਕੇ ਵੇ ਹੁਣ ਕਿੱਥੇ ਚੱਲਿਆ ਤੂੰ ਇੱਥੇ ਤੱਕ ਆ ਕੇ ਵੇ ਛੱਡਦਾ ਨੀ ਜੱਟ ਕਿੱਥੇ ਗਈ ਉਹ ਗੱਲ ਤੇਰਿਆਂ ਅਸੂਲਾਂ ਚੋਂ ਹੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ